छल्ला मेरा जीवन। हाइट रहेगी इधर ज्यादा थोड़ी जी, इधर डाउन हो गया कम। जे 20 डिग्री इधर मिट्टी होर पै जाए ना फिर कम ओके हो जूगा। हुण दी समस्या नहीं हैगी, ये सुहागा नहीं सही बजिया थोड़े तो। सुहागा सही बजिया हुंदा ना फिर आ प्रॉब्लम नहीं आउणी सी, फिर टप जांदा वाटर बट। शाबाशे बग्या शाबाशे, आ हुंदा कम। ओ तेनू तां पिंटुआ तेरी पढ़ाई लैके बह जूगी, गल्लां जुगा रह गया तू तां, खेती तेरे तो होनी नहीं गी, ते कढ़दा फिरी फिर सारी उम्र बग्गे दे तरले। पर खेती च कढ़न पौन नू है की है, मैं तां नौकरी करूंगा, साहब बहादुर बन के शहर च कोठी पा के बैठूगा जट, ते अवदे वाली जमीन ठेके दे दूंगा बग्गे नू। मीं आवे नेरी आवे झखड़ आवे फसल खराब होऊ इहदी, अपना तां ठेका वट ते पिया। जदों आए सारे तो ठेका ना दित्ता गया, इहदे 2-3 किले लवाया करूंगा आपदे नाम, फिर इहदे वाली जमीन भी मेरी है। फिर वड्डे भरा होने के नाते मैनू ते तरस तुरस आऊगा, फिर मैं आपकी जमीन वाहन रख लूंगा इनू, फिर तू इनू शाबाशी देंदा रही ते लेंदा रहूगा। क्यों बगे नाले राजे महाराजे के टाइम के वड्डे पुत्रे होंदे सी उत्तराधिकारी सारे सिस्टम के। ऑकेट्स देखो ये फार्म है हमारे, जब हम छोटे होते थे ना आप जैसे तो यहाँ पे खेलने आते थे रोज। है स्टूपिड किड्स, ना तो इनू सासरीकार कोई लेना नहीं देना नहीं, बगे अकल वाला तेल पाइना दीवियां दे विच। बेवकूफ डोंट टच दम, बच्चे आ जाओ आओ थानू फार्म दिखाने आ जाओ। ਅਲੈਗਜ਼ੈਂਡਰ ਨੇ ਵਾਲੀ ਹੱਥ ਚੱਕੀ ਸੀ ਬਈ, ਤੇ ਅਲੈਗਜ਼ੈਂਡਰ ਦੇ ਸਿੰਘ ਥਾਪੜੇ ਸੀ ਆ ਕੇ ਪੌਰਸ ਨੇ, ਤੇ ਪੌਰਸ ਦੇ ਮੁੰਡੇ ਦਾ ਨਾਂ ਸੀ ਮਾਲਿਆ ਕੇਤੂ, ਤੇ ਉਹਦੀ ਘਰਵਾਲੀ ਦਾ ਨਾਂ ਸੀ ਕੀ ਸੀ? ਘਰਵਾਲੀ ਦਾ ਨਾਂ ਸੀ ਲਾਚੀ। ਸੋਹਣਾ ਨਾਂ ਸੀ ਯਾਰ ਬਾਪੂ ਰੋਟੀ। ਉਹ ਭਾਈ ਮੀਟ ਚ ਪੋਟਾ ਨਹੀਂ ਆਇਆ? ਉਹ ਤਾਂ ਬਾਪੂ ਜੀ ਮੈਂ ਕੱਢ ਕੇ ਰੱਖਤਾ ਸੀ ਪਾਸੇ ਤੇ, ਮੈਨੂੰ ਆਏ ਸੀ ਵੀ ਇਹਦਾ ਕੀ ਖਾਣਾ। ਉਹ ਭਾਈ ਉਹੀ ਤਾਂ ਅਸਲੀ ਚੀਜ਼ ਹੁੰਦੀ ਆ ਖਾਣ ਵਾਲੀ, ਚੰਗਾ ਹੁੰਦਾ ਸਿਹਤ ਵਾਸਤੇ। ਬੁੜੀਆਂ ਨੂੰ ਕੀ ਪਤਾ ਮੀਟ ਬਾਰੇ? ਹਾਂਜੀ ਬਾਪੂ ਜੀ। ਬਾਪੂ ਜੀ ਪੂਰੇ ਪਿੰਡ 'ਚ ਸਤਿਕਾਰ ਹੈ ਆਪਣੇ ਪਰਿਵਾਰ ਦਾ, ਕੋਈ ਕਮੀ ਪੇਸ਼ੀ ਨਹੀਂ। ਹਾਂ ਇੱਜ਼ਤਦਾਰ ਬੰਦਿਆਂ 'ਚ ਨੌ ਹੈ ਆਪਣਾ ਬਾਪੂ। ਬਸ ਇੱਕ ਤਾਏ ਕਾਲਾ ਟਿੱਕਾ ਬਾਪੂ ਆਪਣੇ ਖਾਨਦਾਨ 'ਤੇ, ਲੋਕ ਟਿੱਚਣਾ ਕਰਦੇ ਵੀ ਹਾਕਮ ਸੋਹਣੇ ਮੁੰਡਾ ਛੜਾ ਹੀ ਰੱਖ ਲਿਆ। ਓਏ ਮੈਂ ਤਾਂ ਬਥੇਰਾ ਰੋਇਆ ਸੀ, ਇਹ ਕਹਿੰਦਾ ਬਾਪੂ ਮੈਂ ਤਾਂ ਡਾਕਟਰ ਬਣਨਾ, ਆ ਬੈਠਾ ਡੰਗਰ ਡਾਕਟਰ ਬਣਿਆ। ਜੇ ਕਿਤੇ ਕੁੜੀ ਹੁੰਦਾ ਨਾ ਉਹਨੂੰ ਕਿਤੇ ਵਿਆਹ ਵੂ ਕੇ ਫਾਹ ਵੱਢਿਆ ਹੁੰਦਾ ਇਹਦਾ, ਹੁਣ ਤਾਂ ਡੰਗਰ ਦੇ ਕਦੇ ਉੱਥੇ ਹੱਥ ਲਾਤਾ ਕਦੇ ਉੱਥੇ ਹੱਥ ਲਾਤਾ। ਬਾਪੂ ਮੈਂ ਗੋਡ ਅਰਨ ਕਰਦਾ, ਐਡੀ ਗੱਲ ਆ ਤਾਂ ਮੈਂ ਅੱਡ ਹੋ ਜਾਣਾ ਜੇ ਤੁਹਾਡੀ ਸ਼ਾਨ 'ਚ ਇੰਨਾ ਹੀ ਫਰਕ ਪੈਂਦਾ ਤਾਂ। ਦੋ ਮਾਰੂ ਸਾਲੇ ਦੇ ਕਰਨ ਤੇ ਪੱਕੀ ਜਾਂਦਾ, ਮੈਨੂੰ ਪਤਾ ਤੂੰ ਜਿਹੜੇ ਡਾਲਰ ਕਮਾਉਣਾ, ਚੁੱਪ ਕਰਕੇ ਰੋਟੀ ਖਾ ਲਾ ਬਹਿ ਕੇ, ਨਹੀਂ ਤਾਂ ਮੈਂ ਤੇਰੀ ਥਾਲੀ ਜੀ ਚੱਕ ਲੂ ਇੱਥੋਂ। ਹੱਥੋਂ ਆਓ ਚੱਕ ਲੂ ਥਾਲੀ। ਬਾਪੂ ਬਾਈ ਦਾ ਵੀ ਤਾਏ ਵਾਲਾ ਹਾਲ ਨਾ ਹੋ ਜਾਏ, ਇੱਕ ਕਾਲਾ ਟਿੱਕਾ ਤਾਂ ਨਜ਼ਰ ਤੋਂ ਹੁੰਦਾ, ਦੋ ਕਾਲੇ ਟਿੱਕੇ ਤਾਂ ਜਲੂਸ ਲੱਗਣਗੇ। ਬਾਈ ਦਾ ਵਿਆਹ ਕਰਾ ਦੀਏ ਯਾਰ। ਤੇ ਲੈਜੈਂਡਰ ਦਾਰੂ ਪੀਂਦਾ ਜੀ ਸਾਡੇ ਬਾਪੂ ਜੀ ਵਾਂਗੂ ਬਹੁਤ, ਤੇ ਕਹਿੰਦੇ ਲੀਵਰ ਫੇਲ ਹੋ ਗਏ ਤਾਂ ਮਰ ਗਿਆ, ਤੇ ਕਈ ਕਹਿੰਦੇ ਬੁਖਾਰ।
ਬਾਪੂ ਜੀ ਸਾਡੇ ਸਰ ਕਹਿੰਦੇ ਸੀ ਵੀ ਆਪਣੇ ਪਿੰਡ ਦੀ ਪਹਿਲੀ ਕੁੜੀ ਆ ਜਿਹਦੀ ਬੀ ਏ ਚ ਫਸਟ ਡਿਵੀਜ਼ਨ ਆਈ ਆ ਬਸ ਹੁਣ ਐਮ ਏ ਕਰਨੀ ਆ ਸਬਜੈਕਟ ਸੋਚਦੀ ਸੀ ਕਿਹੜੇ ਲਵਾਂ ਨਾਲ ਨਾਲ ਤਿਆਰੀ ਵੀ ਕਰ ਲੂੰਗੀ ਕੋਈ ਨਾ ਕੋਈ ਕੰਪੀਟੀਸ਼ਨ ਤਾਂ ਕੱਢ ਹੀ ਲਊਂਗੀ ਬੇਬੇ ਜੀ ਮੈਨੂੰ ਲੱਗਦਾ ਕੰਪੀਟੀਸ਼ਨ ਤਾਂ ਨਹੀਂ ਨਿਕਲਣੀ ਇਹ ਹੁਣ ਆਪ ਨਿਕਲ ਜਾਣੀ ਆ ਇੰਨੇ ਸਾਲ ਹੋ ਗਏ ਇਹਨੂੰ ਬਸ ਘਰੋਂ ਬਾਹਰ ਨਿਕਲਣ ਦੇ ਬਹਾਨੇ ਚਾਹੀਦੇ ਆ ਨੌਕਰੀ ਲੱਗਣ ਵਾਲੇ ਹੋਰ ਹੀ ਹੁੰਦੇ ਆ ਪੜ੍ਹ ਕੇ ਇਹਨੂੰ ਆਹ ਪਤਾ ਵੀ ਚੰਦ ਗੋਲ ਧਰਤੀ ਗੋਲ ਸੂਰਜ ਗੋਲ ਰੋਟੀ ਇਹ 8 ਚੁੰਡੀ ਬਣਾਉਂਦੀ ਆ ਬਾਪੂ ਜੀ ਮੇਰੀ ਗੱਲ ਮੰਨੋ ਇਹਨੂੰ 2 ਮਹੀਨੇ ਸਾਡੇ ਨਾਲ ਚੁੱਲਾ ਚੌਂਕਾ ਯੂਨੀਵਰਸਿਟੀ ਚ ਕੋਰਸ ਕਰਾਓ ਤੇ ਤੋਰੋ ਨਿੱਕੂ ਭਾਵੇਂ ਤੇਰੇ ਤੋਂ ਛੋਟੀ ਹੈ ਪੁੱਤ ਪਰ ਹੈ ਸਿਆਣੀ ਬਹੁਤ ਪੜ੍ਹ ਲਈ ਹੁਣ ਬਸ ਹੁਣ ਅਗਲੇ ਘਰ ਦੀ ਤਿਆਰੀ ਕਰੋ ਬਾਪੂ ਜੀ ਮੈਂ ਜਾ ਰੋਟੀ ਲਿਆ ਕੁੜੇ ਤੈਨੂੰ ਪਤਾ ਕਿੰਨਾ ਗਲਤ ਆ ਨਾ ਤੇਰੇ ਦਿਮਾਗ ਚ ਇਹੋ ਜਿਹੀਆਂ ਗੱਲਾਂ ਆਉਂਦੀਆਂ ਕਿੱਥੋਂ ਆ ਕਿਉਂ ਮੇਰੀ ਜ਼ਿੰਦਗੀ ਚ ਅੱਗ ਲਾਉਣੀ ਆ ਜ਼ਿੰਦਗੀ ਚ ਪੱਕਾ ਜ਼ਿੰਦਗੀ ਚ ਹੈ ਅੱਗ ਤਾਂ ਤੇਰੇ ਅੰਦਰ ਲੱਗੀ ਆ ਵੈਰ ਨੇ ਰੋਜ਼ ਜਿਹੜੇ ਸੁਰਮ ਚ ਮਾਰ ਮਾਰ ਪੂੰਛਾਂ ਬਣਾ ਕੇ ਜਾਂਦੀ ਆ ਨਾ ਅੱਖਾਂ ਦੀਆਂ ਸਭ ਦਿਸਦਾ ਜੇ ਮੈਂ ਇਹੋ ਜਿਹੀ ਹੁੰਦੀ ਤਾਂ ਮੇਰੀ ਬੀ ਏ ਚ ਫਸਟ ਡਿਵੀਜ਼ਨ ਆਉਂਦੀ ਤੂੰ ਪੜ੍ਹ ਲੈਂਦੀ ਤੈਨੂੰ ਕਦੇ ਕਿਸੇ ਨੇ ਮਨਾ ਕੀਤਾ ਆਪ ਤਾਂ ਤੇਰੇ ਤੋਂ ਚੌਥੀ ਨਹੀਂ ਪਾਸ ਹੋਈ ਮੈਨੂੰ ਘਰੋਂ ਬਾਹਰ ਜਾਣ ਦੇ ਬਹਾਨੇ ਨਹੀਂ ਚਾਹੀਦੇ ਸੀ ਨਾ ਨਹੀਂ ਪੜ੍ਹੇ ਫੇਰ ਨਾਲੇ ਤੂੰ ਤੇ ਮੇਰੇ ਨਾਲ ਮੁਕਾਬਲਾ ਕਰ ਵੀ ਨਹੀਂ ਸਕਦੀ ਤੇਰੇ ਤੋਂ ਤੇ ਟਮਾਟਰਾਂ ਦੀ ਚਟਨੀ ਨਾ ਕੁੱਟ ਹੋਵੇ ਇੱਧਰ ਮੈਂ ਚਿਬੜਾਂ ਦੇ ਚ ਵੀ ਬੀ ਨਹੀਂ ਰਹਿਣ ਦਿੰਦੀ ਕਰ ਤੂੰ ਮੁਕਾਬਲਾ ਨਹੀਂ ਕਰਨਾ ਮੁਕਾਬਲਾ ਤੇ ਨਾ ਮੈਂ ਕੁੱਟਣੀਆਂ ਚਟਨੀਆਂ ਸੱਚੇ ਪਾਤਸ਼ਾਹ ਜੇ ਮੈਂ ਸੱਚੀ ਆ ਨਾ ਤਾਂ ਇਹਦੇ ਵਰਗਿਆਂ ਨੌਕਰ ਰੱਖਾਂ ਚਟਨੀਆਂ ਕੁੱਟਣ ਲਈ ਰੋਲਾ ਰੋਲਾ ਯਾਰ ਦੀ ਯਾਦ ਆਉਂਦੀ ਹੋਣੀ ਨਾਲੇ ਤੇਰੇ ਪੜ੍ਹਨ ਤੋਂ ਰੋਸ ਨਹੀਂ ਆਪ ਤਾਂ ਤੂੰ ਭੱਜ ਜਾਣਾ ਆਪਦੇ ਆਸ਼ਕ ਨਾਲ ਮਗਰੋਂ ਸਾਡਾ ਢੰਗ ਦਾ ਰਿਸ਼ਤਾ ਨਹੀਂ ਹੋਣਾ ਗੱਲ ਨਾ ਉਹ ਜੇ ਇਹ ਨੇ ਤੋਰ ਦਨ ਕੇ ਕਿਸੇ ਤੂੰ ਅੱਜੂ ਦੇ ਨਾਲ ਨਵੀਂ ਵਿਆਹੀ ਨੂੰ ਵੀ ਜਾਂਦੇ ਜਵਾਕਾਂ ਦੀਆਂ ਨਲੀਆਂ ਪੂਜਦੀਆਂ ਪੈ ਜਾਣੀਆਂ ਤੇਰੇ ਕਰਕੇ ਬੇਬੇ ਰੋਟੀ ਉਡੀਕਦੀ ਹੈ ਯੁੱਧ ਛੇੜ ਕੇ ਬਹਿ ਗਈ ਟਾਕਰ ਲਾ ਕੇ ਬਹਿ ਗਈ ਜਿਹੋ ਜੀ ਰੋਟੀ ਫੜਾ ਗਈ ਉਹ ਜੇ ਲੱਲਰ ਲਾਊਗੀ ਅੱਗੇ ਜਾ ਕੇ ਇਹ ਤੇ ਬਾਪੂ ਜੀ ਦੇਖਿਓ ਤੁਸੀਂ ਕਿਸ ਦਿਨ ਦੂਜੀਆਂ ਚਿੱਠੀਆਂ ਮਿਲਣਗੀਆਂ ਇਹਦੀਆਂ ਕਰੋ ਰੇਸ਼ਮ ਦੇਖੋ ਭਾਈ ਕੋਈ ਘਰ ਬਾਰ ਜਲ ਚੱਕੋ ਜੀ ਲਿਆ ਬਈ ਇੱਧਰ ਰੱਖਦੇ ਓਏ ਹਾਂਜੀ ਹਾਂਜੀ ਮਿੰਦਰਾ ਮੁੰਡੇ ਨੂੰ ਮਾਰੋ ਆਜ ਉਹ ਬੱਗੇ ਹਾਂਜੀ ਅੱਪੂ ਜੀ ਪਿੰਟੇ ਨੂੰ ਕੱਲੀ ਸਾਲਾ ਕਮਲਿਆਂ ਦਾ ਟੱਬਰ ਮੈਂ ਆਪਦਾ ਜੀਵਨ ਸਵਾਰਨੇ ਮੈਂ ਪੜ੍ਹਿਆ ਲਿਖਿਆ ਬੰਦਾ ਕੋਈ ਪੜ੍ਹੀ ਲਿਖੀ ਲੈ ਕੇ ਆਉਂਗਾ ਓਏ ਉਹ ਪਿੰਟੇ ਨੂੰ ਭੇਜਦੇ ਬਾਟੀ ਦੇ ਕੇ ਕੱਪਾਂ ਕੁੱਪਾਂ ਦਾ ਹਿਸਾਬ ਜਾਂ ਨਹੀਂ ਆਉਂਦਾ ਹੁੰਦਾ ਜੱਟਾਂ ਨੂੰ ਹਾਂਜੀ ਹਾਂਜੀ ਅੱਪੂ ਜੀ ਭੇਜ ਸਾਲਿਆਂ ਨੇ ਕੋਈ ਅਨਪੜ ਗੋਹਾ ਪੱਥਰ ਨਾਲ ਹੀ ਮਾਰਨੀ ਆ ਮੇਰੇ ਮੱਥੇ ਕਮਲਿਆਂ ਦਾ ਟੱਬਰ ਸਾਲਿਆ ਤੈਨੂੰ ਕਿਹਾ ਜੀ ਉਹਨੂੰ ਭੇਜ ਬਾਪੂ ਜੀ ਪਿੰਡਾਂ ਬਚ ਗਿਆ ਆ ਬਾਪੂ ਜੀ ਤੁਸੀਂ ਮੁੰਡੇ ਨੂੰ ਬੁਲਾਓ ਪੰਜਾਹ ਗੇੜੇ ਮਾਰ ਗਿਆ ਜੀ ਮੁੰਡਾ ਤੁਹਾਡੇ ਸਾਹਮਣੇ ਹਾਲੇ ਤੱਕ ਦੇਖਿਆ ਹੀ ਨਹੀਂ ਆਹੀ ਹੈ ਮੁੰਡਾ ਸਾਡਾ ਜੱਟਾਂ ਦੇ ਪੁੱਤ ਇਹੋ ਜਿਹੇ ਹੁੰਦੇ ਆ ਤੁਹਾਡੇ ਸਾਹਮਣੇ ਝੂਠ ਥੋੜੇ ਬੋਲਾਂਗੇ ਕੰਮਕਾਰ ਵਾਲਾ ਪਰਿਵਾਰ ਹੈ ਸਾਡਾ ਬਾਪੂ ਜੀ ਭਾਈ ਸਾਹਿਬ 100 ਰੁਪਇਆ ਕੱਢੋ ਕੰਪਨੀ ਵਾਲਾ ਸ਼ਗਨ ਕਰੀਏ ਠੀਕ ਹੈ ਜੀ ਲਓ ਜੀ ਮੁਬਾਰਕਾਂ ਜੀ ਮੁਬਾਰਕਾਂ ਮੂੰਹ ਮਿੱਠਾ ਕਰੋ ਰੱਬ ਨੇ 2 ਘਰ ਜੋੜਤੇ ਬੱਗਾ ਆਪਣੇ ਜਾਲ 'ਚ ਆਪ ਹੀ ਫਸ ਗਿਆ ਕਿਸੇ ਵੀ ਵਿਆਹ ਵਾਂਗੂ ਬੱਗੇ ਦੇ ਵਿਆਹ ਦਾ ਚਾਅ ਵੀ ਪਿੰਡ ਦੀਆਂ ਧੀਆਂ ਭੈਣਾਂ ਨੂੰ ਸਭ ਤੋਂ ਵੱਧ ਸੀ ਤਿਆਰ ਹੋ ਕੇ ਟੌਰ ਸ਼ਕੀਨੀ ਲਾਉਣ 'ਚ ਕੋਈ ਕਸਰ ਨਹੀਂ ਛੱਡੀ ਮਜਾਜਰਾਂ ਨੇ ਮੰਮੀ ਮੇਰੇ ਵੀ ਲਾ ਦੋ ਨਹੀਂ ਬਸ ਕਰ ਸ਼ਕੀਨਣੇ ਮੰਮੀ ਦਾਦੀ ਤੇ ਨਾਨੀ ਨੇ ਸੁਰਖੀ ਕਿਉਂ ਨਹੀਂ ਲਾਈ ਆਹੋ ਹੁਣ ਤੂੰ ਬਣਾ
ਬਾਡੀਆ ਤੁੱਕੇ ਚੱਬਣੀਆਂ ਤਿੰਨ ਜਣੀਆਂ ਨੇ ਘਰ ਚ ਇੱਕ ਨੂੰ ਵੀ ਬੇਸਿਕ ਨੌਨਸੈਂਸ ਨਹੀਂ ਹੈਗੀ ਚਿੱਟਾ ਕੁੜਤਾ ਪਜਾਮਾ ਸਿਉਂ ਕੇ ਰੱਖਤਾ ਭੋਗ ਤੇ ਜਾਣਾ ਮੈਂ ਓਹੋ ਕਿਉਂ ਖਿਲਾਰ ਤੇ ਪ੍ਰੈਸ ਕੀਤੇ ਸੀ ਸੋਹਣਾ ਸਿਉਂਤਾ ਨਾ ਪੁੱਤ ਚੀਨਾ ਕਬੂਤਰ ਲੱਗੂ ਮੇਰਾ ਜਵਾਈ ਨਾ ਤੇਥੋਂ ਪੈਂਟ ਸ਼ਰਟ ਨਹੀਂ ਸੌਂਤੀ ਗਈ ਬੁੱਗੇ ਜਿੱਦਾਂ ਮੈਂ ਮਰ ਗਿਆ ਨਾ ਉਦਾਂ ਲਾ ਦਿਓ ਮੇਰੇ ਟਾਈ ਨਾਲੇ ਤਾਂ ਤੁਹਾਨੂੰ ਬੈਂਡ ਪਾਉਣੇ ਸੌਖੇ ਹੋ ਜਾਣਗੇ ਹੈ ਖਿੱਚ ਖਿੱਚ ਕਰਿਓ ਹਾਏ ਵੇ ਮਰ ਗਈ ਵੇ ਉੱਠ ਵੇ ਹਾਏ ਬੁੱਗੇ ਮੈਂ ਬਰਾਤ ਜਾਣਾ ਹੈ जे पता होवे ना आपदा खाना खाली है ता किसे स्याने बंदे दी सलाह ले ली हुंदी है भी जी तुसी सवेरे की पाऊंगे बना दनी है हुन मुंह ऐ क्यों करया चल फटाफट से हुंदे पर असी ते गिद्दा पौण जाना सी की करा फिर मैं गिद्दा ना होगा रब हो गया क्या मैं बरात जाना ओ हैं तुस्ता 20 बारी गिद्दा पौणा हुंदा जदों बरात तुरू ओदो गिद्दा कुड़ी आऊ ता गिद्दा पिछो गिद्दा कुड़ी ने सूट पा लिया ता गिद्दा रात नु गिद्दा गिद्दा ना हो गया ਜਿੰਨੀਆਂ ਤੁਹਾਨੂੰ ਬੋਲੀਆਂ ਯਾਦ ਨੇ ਨਾ ਇੰਨਾ ਕਿਤੇ ਪੜ੍ਹ ਲੈਂਦੀਆਂ ਜੱਜਣੀਆਂ ਲੱਗ ਜਾਂਦੀ ਹੁਣ ਨੂੰ ਚਲੋ ਜੀ ਕੋਈ ਨੀ ਮੈਂ ਤਾਂ ਪੁਰਾਣੀ ਪੈਂਟ ਸ਼ਰਟ ਪਾ ਲੂੰ ਤੁਸੀਂ ਜਾਓ ਗਿੱਧਾ ਪਾਉਣ ਤੁਹਾਡਾ ਨਾ ਗਿੱਧਾ ਰਹਿ ਜੇ ਗਿੱਧਾ ਰਹਿ ਗਿਆ ਪੰਜਾਬ ਦਾ ਵਿਕਾਸ ਨਹੀਂ ਰੁਕ ਜੂ ਜਾਓ ਪਾ ਲਓ ਗਿੱਧਾ ਦਿਮਾਗ ਖਰਾਬ ਕਰਿਆ ਉਹ ਮੰਮੀ ਜੀ ਤੁਸੀਂ ਮਾਮਾ ਧੀਆਂ ਰਲ ਕੇ ਮਾੜਾ ਜਿਹਾ ਫਟਾਫਟ ਸਿਉਂ ਦਿਓ ਯਾਰ ਬੀਬੀ ਜਾ ਭਾਜਾ ਤੂੰ ਜਾਇਆ ਉਹਨਾਂ ਦੇ ਗਿੱਧੇ ਤੇ ਨਾ ਪੁੱਤ ਮੈਂ ਵੀ ਬਟਨ ਬਟਨ ਲਵਾ ਦੂੰ ਨਾਲ ਇਹਨਾਂ ਦੇ ਬੀਬੀ ਇੱਕ ਤਾਂ ਤੈਨੂੰ ਆਪਦਾ ਪੁੱਤ ਨਹੀਂ ਦਿੰਦਾ ਮਿੰਟ ਚ ਤੁਹਾਡੀ ਨਾਰੀਵਾਦ ਏਕਤਾ ਬੁੜਕਣ ਲੱਗ ਪੈਂਦੀ ਹੈ ਤੁਸੀਂ ਤਾਂ ਸਾਨੂੰ ਨੀਵਾਂ ਹੀ ਦਿਖਾਉਣਾ ਹੁੰਦਾ ਹੈ ਆਹ ਪੁੱਤਾਂ ਨੇ ਰੱਖੀ ਨਹੀਂ ਮੈਂ ਘਰੇ ਰੱਖ ਰੱਖੀ ਹੈ ਮੈਂ ਤਾਂ ਵੀ ਮਾੜਾ ਚਲੋ ਕੋਈ ਨਹੀਂ ਅਸੀਂ ਦੁਸ਼ਟ ਅਸੀਂ ਜ਼ਾਲਮ ਤੁਸੀਂ ਭੋਲੀਆਂ ਚਿੜੀਆਂ ਦਿਮਾਗ ਖਰਾਬ ਕਰਿਆ ਆ ਜਾ ਪੁੱਤ ਓਏ ਆਪਾਂ ਚੱਲੀਏ ਗਿੱਧਾ ਦੇਖ ਕੇ ਆਉਂਦੇ ਹਾਂ ਬਰਾਤ ਚੜ੍ਹਨ ਲਈ ਘਰ ਘਰ ਤਿਆਰੀਆਂ ਹੋਈਆਂ ਸਾਰਿਆਂ ਨੇ ਰੀਝਾਂ ਲਾਈਆਂ ਜਿੰਨੀ ਆਪ ਸ਼ਕੀਨੀ ਲਾਈ ਉਹਦੇ ਤੋਂ ਵੱਧ ਬੰਦਿਆਂ ਦੀ ਤਿਆਰੀ ਤੇ ਜ਼ੋਰ ਲਾਇਆ ਕਿਸੇ ਜਨਾਨੀ ਨੇ ਕਸਰ ਨਾ ਛੱਡੀ ਆਪਣੇ ਬੰਦੇ ਨੂੰ ਪਟੋਲਾ ਬਣਾ ਕੇ ਬਰਾਤ 'ਚ ਤੋਰਨ ਦੀ ਘਰੇ ਕੁੜੀ ਆ ਰਹੀ ਹੈ ਚੁੱਲੇ ਚੌਂਕੇ ਚ ਜੇਠ ਵੜਦਾ ਚੰਗਾ ਨੀ ਲੱਗਦਾ ਨਾਲੇ ਜੇ ਤੂੰ ਮੈਨੂੰ ਹੁਣ ਇੱਥੇ ਬਰਾਤ ਚ ਦਿਖਾਈ ਦੇ ਗਿਆ ਨਾ ਦਾਣੇ ਪੂਰੇ 1.25 ਕਿਲੋ ਪੈਂਦੇ ਆ ਮੇਰੀ ਚੁੱਤੀ ਚ ਹਿਸਾਬ ਲਾ ਲੈ ਤੇਰਾ ਬਣੂ ਕੀ ਨਿਕਲੇ ਤੂੰ ਆਪਣੀ ਬਰਾਤ ਕੁੜੀਆਂ ਜਾਣਗੀਆਂ ਹੈ ਤੁਹਾਨੂੰ ਕਿਹਨੇ ਕਿਹਾ ਉਧਰੋਂ ਥੱਲੇ ਮਰੋ ਚਾਰ ਤਿਆਰ ਕਰਨੀਆਂ ਜੜਾਂ ਚ ਜਲੂਸ ਕੱਢਣਾ ਹੀ ਆ ਸਾਡਾ ਖਬਰਦਾਰ ਦੇ ਮੁੜ ਕੇ ਇਹੀ ਹਰਕਤ ਕੀਤੀ ਤਾਂ ਚਲੋ ਬੁੱਲ ਲਮਕਾ ਲਿਆ ਕਰਦੀ ਜਾਂਦੀ ਹੈ ਤੁਸੀਂ ਸਿਆਣੀਆਂ ਬਹਿਣੀਆਂ ਤੁਸੀਂ ਕਹਿੰਦੇ ਰੋਕਿਆ ਖੜੀਓ ਇੱਥੇ ਪਰੇ ਬੱਗੇ ਵਾਲੀ ਬਰਾਤ ਦੀ ਕਹਾਣੀ ਉਹਨਾਂ ਵੇਲਿਆਂ ਦੀ ਹੈ ਜਦੋਂ ਪੰਜਾਬ ਦੇ ਕਈ ਪਿੰਡਾਂ 'ਚ ਬੁੜੀਆਂ ਬਰਾਤ ਨਹੀਂ ਜਾਂਦੀਆਂ ਸੀ ਇਹ ਸ਼ਗਨਾਂ ਵਾਲਾ ਦਿਨ ਸਿਰਫ ਬੰਦਿਆਂ ਲਈ ਚੜ੍ਹਦਾ ਹੁੰਦਾ ਸੀ ਯਾਰਾਂ ਨੇ ਬੁੱਲਾਂ ਉੱਤੇ ਹਾਸੀ ਜਿਉਂਦੀ ਰੱਖਣੀ
ਹੱਸੀ ਜਿਉਂਦੀ ਰੱਖਣੀ ਯਾਰਾਂ ਨੇ ਆ ਬੁੱਲਾਂ ਉੱਤੇ ਹੱਸੀ ਜਿਉਂਦੀ ਰੱਖਣੀ ਜਿੰਨਾ ਚਿਰ ਜਿਉਂਦੇ ਆ ਗਲਾਸੀ ਜਿਉਂ ਜੋੜ ਕੇ ਸਪੀਕਰ ਕੋਠੇ ਤੇ ਲਾ ਦੇਣੇ ਆ ਨੀ ਧਰਤੀ ਦੀ ਹਿੱਕ ਵਿੱਚ ਟੋਏ ਪਾ ਦੇਣੇ ਆ ਉਹ ਬੋਤਲਾਂ ਦੇ ਨਾਲ ਨਾਲ ਖਾਰੇ ਲੈ ਕੇ ਮਰਨਾ ਨੀ ਅਸੀਂ ਜਦੋਂ ਮਰਨਾ ਨਜ਼ਾਰੇ ਲੈ ਕੇ ਮਰਨਾ 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 ਉਹ ਡੱਬੀ ਵਾਲੀ ਚਾਦਰੇ ਤੇ ਜੁੱਤੀ ਮੋਟੀ ਖੱਲ ਦੀ ਉਹ ਕਰਦੇ ਨੀ ਹਵਾ ਪਰ ਹਵਾ ਸਾਡੇ ਵੱਲ ਦੀ ਹਾਂ ਜੇਬ ਚ ਨੀ ਥੇਲਾ ਪਰ ਝਾਕਾ ਮਹਿੰਗੇ ਮੁੱਲ ਦੇ ਸਾਡਾ ਦਿੱਤਾ ਮੁੱਛ ਨੂੰ ਮਰੋੜਾ ਕਿੱਥੇ ਖੁੱਲਦਾ ਉਹ ਕੱਠੇ ਜਿਹੜੇ ਹੁਣ ਨਾ ਖਲਾਰੇ ਲੈ ਕੇ ਮਰਨਾ ਨੀ ਅਸੀਂ ਜਦੋਂ ਮਰਨਾ ਨਜ਼ਾਰੇ ਲੈ ਕੇ ਮਰਨਾ ਅਸੀਂ ਜਦੋਂ ਮਰਨਾ ਜਦੋਂ ਕੂੜੇ ਚੰਨ ਚੜਦਾ ਪੈ ਜਾਂਦੀਆਂ ਚਵਾਰਿਆਂ ਤੇ ਚੜ ਕੇ ਨੀ ਜਦੋਂ ਕੂੜੇ ਚੰਨ ਚੜਦਾ ਪੈ ਜਾਂਦੀਆਂ ਚਵਾਰਿਆਂ ਤੇ ਚੜ ਕੇ ਗਵਾਂਡੀਆਂ ਨੂੰ ਪੁੱਛ ਬੱਲੀਏ ਗਵਾਂਡੀਆਂ ਨੂੰ ਪੁੱਛ ਬੱਲੀਏ ਸਾਡੀ ਡਾਂਗ ਤੇ ਗਲਾਸੀ ਨਿੱਤ ਖੜ ਕੇ ਹੁਣ ਮੈਂ ਪੜੂੰਗੀ ਸਿੱਖਿਆ ਸਿੱਖਿਆ ਦੇਵਾਂ ਸਿੱਖਿਆ ਸੁਣੀ ਧਿਆਨ ਕਰਕੇ ਐਵੇਂ ਮੇਰੀ ਗੱਲ ਨਾ ਰੱਖਦੀ ਪਾਸੇ ਕਰਕੇ ਪਾਣੀ ਪਾਪਾ ਜਿਸ ਬੂਟੇ ਨੂੰ ਅਸੀਂ ਪਾਲਦੇ ਰਹੇ ਮਾਲਕ ਆਪਣੀ ਚੀਜ਼ ਨੂੰ ਲੈ ਚੱਲੇ ਜਿਹਨੂੰ ਜਾਨ ਤੋਂ ਵੱਧ ਸੰਭਾਲਦੇ ਰਹੇ ਤੇਰੇ ਵਾਸਤੇ ਵਿੱਚ ਸੰਸਾਰ ਭੈਣੇ ਪਤੀ ਦੇਵ ਆ ਸਿਰ ਦਾ ਤਾਜ ਤੇਰਾ ਐਸੇ ਨਾਲ ਆ ਸੁੱਖ ਤੇ ਖੁਸ਼ੀ ਤੇਰੀ ਐਸੇ ਨਾਲ ਆ ਦੁਨੀਆ ਤੇ ਰਾਜ ਤੇਰਾ ਸਾਥੋਂ ਨਾ ਰੱਜੇ ਜਿਹੜੇ ਤੂੰ ਇਹਨਾਂ ਦਾ ਮੱਥਾ ਡੰਮੀ ਭੈਣੇ ਨਿਆਣੇ ਭਾਵੇਂ ਦਸ ਜੰਮੀ ਪਰ ਇਹੋ ਜਿਹੇ ਭੁੱਖੇ ਨੰਗੇ ਨਾ ਜੰਮੀ ਭੈਣੇ ਧੰਨਵਾਦ ਕੀ ਬੋਲੀ ਆ ਹੱਸੀ ਜਿਉਂਦੀ ਰੱਖਣੀ ਜਿੰਨਾ ਚਿਰ ਜਿਉਂਦੇ ਆ ਗਲਾਸੀ ਜਿਉਂ ਜੋੜ ਕੇ ਸਪੀਕਰ ਕੋਠੇ ਤੇ ਲਾ ਦੇਣੇ ਆ ਨੀ ਧਰਤੀ ਦੀ ਹਿੱਕ ਵਿੱਚ ਟੋਏ ਪਾ ਦੇਣੇ ਆ ਉਹ ਬੋਤਲਾਂ ਦੇ ਨਾਲ ਨਾਲ ਖਾਰੇ ਲੈ ਕੇ ਮਰਨੇ ਨੀ ਅਸੀਂ ਜਦੋਂ ਮਰਨੇ ਨਜ਼ਾਰੇ ਲੈ ਕੇ ਮਰਨੇ 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 ਬਾਜ ਘੱਟ ਕਰ ਲੋ ਮੇਰੀ ਸਟੱਡੀ ਖਰਾਬ ਹੁੰਦੀ ਹੈ ਓਏ ਅੰਦਰ ਵੜ ਕੇ ਪੜ ਲਾ ਗਰਮੀ ਹੈ ਅੰਦਰ ਮੈਂ ਪੱਖੀਆਂ ਝੱਲਾਂ ਫਿਰ ਆ ਕੇ ਪੁੱਤ ਮੇਰਾ ਜੇ ਕੋਈ ਨੌਕਰੀ ਨੁਕਰੀ ਨਾ ਮਿਲੀ ਨਾ ਤੈਨੂੰ ਇੱਕ ਗੱਲ ਯਾਦ ਰੱਖੀ ਗੋਹਾ ਕੂੜਾ ਕਰਾਇਆ ਕਰੂੰਗਾ ਤੇਥੋਂ ਇੱਕ ਘਾਹ ਖੜਾ ਤੇਰੇ ਮਗਰ ਵੱਡਾ ਸਰਜਣਾ ਤੂੰ ਮੱਚਦਾ ਬੱਗੇ ਤੋਂ ਕਹਿੰਦੇ ਕੁੜੀ ਨੇ ਬੀਏ ਕੀਤੀ ਹੈ ਉੱਤੋਂ ਬਣਦੀ ਠਣਦੀ ਆ ਮੈਨੂੰ ਲੱਗਦਾ ਬੱਚੂ ਤੂੰ ਪੰਗਾ ਲੈ ਲਿਆ ਨਹੀਂ ਇਹ ਲਾਟੂ ਤੇਰੇ ਚ ਬਾਰੇ ਜਗਣਾ ਸੀ
ਹੁਣ ਬੱਗਰੇ ਚਬਾਰੇ ਜਗਦਾ ਤੇ ਤੂੰ ਜਰਿਆ ਹੀ ਨਹੀਂ ਜਾਂਦਾ। ਕਿਹੋ ਜਿਹੀ ਗੱਲ ਕਰੀ ਜਾਂਦਾ ਤਾਇਆ, ਚਬਾਰੇ ਚ ਲਾਟੂ ਜਗੇ ਨਾ ਜਗੇ, ਆਪਾਂ ਜ਼ਿੰਦਗੀ ਦਾ ਦੀਪਕ ਜਗਾਉਣਾ ਤਾਇਆ। ਮੱਚਦੇ ਦੱਸ ਮੈਨੂੰ ਲੱਗਦਾ ਜੀਵਨ ਦਾ ਦੀਪਕ ਜਗਦਾ ਨਾ ਜਗਦਾ, ਮੇਰੇ ਚਬਾਰੇ ਚ ਲਾਟੂ ਜਗ ਜਾਂਦਾ। ਉਹ ਹਮ ਆਪਕੇ ਕਿਆ ਹੈ ਲਾਉਂਗਾ ਯਾਰ, ਲੈ ਮਖੌਲ ਕਰ ਦਿਓ ਭਾਈ ਤੁਸੀਂ ਤਾਂ, ਮੈਂ ਤਾਂ ਸਿਰਫ ਇੱਕ ਹੀ ਗੱਲ ਕੀਤੀ ਹੈ। ਗੱਲ ਤਾਂ ਸਹੀ ਆ, ਅਸੀਂ ਬਰਾਤ ਕਿਉਂ ਨਹੀਂ ਜਾਂਦੀਆਂ? ਨੌਕਰੀ ਲਾ ਕੇ ਤਾਂ ਤੇਰਾ ਆਪਦਾ ਕੱਲੀ ਦਾ ਭਲਾ ਹੋਣਾ ਸੀ ਰਾਣੀ, ਜੇ ਬੁੜੀਆਂ ਨੂੰ ਬਰਾਤ ਲੈ ਗਈ ਤਾਂ ਪਿੰਡਾਂ ਦੀਆਂ ਸਾਰੀਆਂ ਬੁੜੀਆਂ ਵਾਸਤੇ ਕਿੰਨੇ ਚਾਵਾਂ ਦੇ ਰਾਹ ਖੁੱਲ ਜਾਣਗੇ। ਥੈਂਕ ਯੂ ਮਾਦਰੀ। ਚੱਲ ਪੁੱਤ ਗੋਲ ਗੋਲ ਵੇਲੀ, ਠੀਕ ਹੈ ਪੁੱਤ? ਬਾਬੇ ਦਾ ਨਾਂ ਲੈ ਕੇ ਸ਼ੁਰੂ ਕਰੀ, ਬਰਕਤਾਂ ਪੈਣਗੀਆਂ ਘਰ ਚ। ਪੁੱਤ ਮਾੜਾ ਜਿਹਾ ਪਿੱਛੇ ਨੂੰ ਹੋ ਜਾ, ਸੇਖ ਬਾਲਾ ਹੋ। ਲੈ ਤੁਸੀਂ ਤਾਂ ਕੁੜੇ ਨੂੰ ਆਏ ਘੇਰੀ ਬੈਠੀ ਹੋ ਜਿਵੇਂ ਨੇ ਬੰਬ ਬਣਾਉਣਾ ਹੋਵੇ। ਮਿੱਠੀਆਂ ਰੋਟੀਆਂ ਬਣਾਉਣੀਆਂ 100 ਵਾਰੀ ਬਣਾਈਆਂ ਹੋਣੀਆਂ ਪੇਕੇ ਘਰ, ਬਣਾਉਣ ਦੇ ਨੂੰ ਆਪਦੇ ਹਿਸਾਬ ਨਾਲ। ਮਾਸੀ ਕੱਲ ਤੁਸੀਂ ਕੀ ਕਹਿੰਦੇ ਸੀ ਕਿ ਸਾਨੂੰ ਬਰਾਤ ਨਹੀਂ ਲੈ ਕੇ ਜਾਂਦੇ? ਉਹ ਤਾਂ ਉਹੀ ਪੁੱਤ ਫਿਲਮ ਜੀ ਦੇਖ ਕੇ। ਨਹੀਂ ਨਹੀਂ, ਸਹੀ ਸੋਚਿਆ ਤੁਸੀਂ, ਸਹੀ ਗੱਲ ਨਹੀਂ ਹੋਜੂ ਜੇ ਸਾਨੂੰ ਵੀ ਬਰਾਤ ਲੈ ਜਾਣਗੇ, ਸਾਡੇ ਜਾਏ ਕੀ ਫਰਕ ਪੈਂਦਾ, ਨਾਲੇ ਜਿਹੜਾ ਰੋਟੀ ਪਾਣੀ ਉੱਥੇ ਬਣਦਾ ਆਪਾਂ ਵੀ ਖਾ ਲਾਂਗੀਆਂ, ਤੇ ਨਵੇਂ ਨਵੇਂ ਸੂਟ ਪਾ ਕੇ ਅਸੀਂ ਵੀ ਬਰਾਤ 'ਚ ਨੱਚ ਟੱਪ ਲਵਾਂਗੀਆਂ ਕਿ ਨਹੀਂ? ਸੱਚੀ ਦੱਸੋ, ਤੁਹਾਡਾ ਦਿਲ ਨਹੀਂ ਕਰਦਾ? ਮੁੰਡੇ ਦੀ ਚਾਚੀ ਆ, ਦਾਲ ਖਾਣ ਨੀ ਆਏ ਇੱਥੇ? ਓਹੋ ਭੈਣ ਤਾਂ ਲੱਕੜ ਗੋਭੀ ਪਾਲਦੀ ਹੈ, ਕੀ ਪਾ ਕੇ ਲਿਆਵਾਂ ਭੈਣੇ? ਸੈਂਖੀ ਕਕਲੇਜੀ, ਜੋ ਮਰਜ਼ੀ ਲਿਆ ਭੈਣ। ਠੀਕ ਹੈ ਮੀਟ ਚ ਕੁੱਕੜ ਦੀ ਧੌਣ ਨੀ ਹੈਗੀ, ਬਾਪੂ ਕਹਿੰਦਾ। ਓਹੋ ਉਹ ਤਾਂ ਨਾ ਜੀ ਮੈਂ ਪਾਸੇ ਕੱਢ ਕੇ ਰੱਖਤੀ ਸੀ, ਸਾਰਾ ਦਿਨ ਤਾਂ ਕੁੱਕੜ ਰੋੜ ਚੁੱਕਦੇ ਨੇ, ਮੈਨੂੰ ਲੱਗਿਆ ਰੋੜ ਤਾਂ ਹੁਣ ਚ ਨਾ ਫਸਿਆ ਹੋਵੇ, ਬਾਪੂ ਜੀ ਨੂੰ ਪੱਥਰੀ ਹੋ ਜੂ। ਹਾਂਜੀ ਜੇ ਅਸੀਂ ਵੀ ਬਰਾਤ ਜਾਵਾਂਗੀਆਂ, ਮੈਂ ਵੀ ਮੀਟ ਖਾ ਸਕਦੀ ਹਾਂ। ਤੂੰ ਤਾਂ ਕਿਤੇ ਚੰਦ ਤੇ ਨਾ ਜਾਵੜੇ, ਬਰਾਤ ਚ ਬੁੜੀਆਂ ਦਾ ਕੀ ਕੰਮ, ਉਹੀ ਗੱਲਾਂ ਇਹਦੀਆਂ। ਤੇਰੀ ਭੈਣ ਦਾ ਪੜੋਈਆ ਤੇਰੀ ਦਾ, ਨਹਿਬ ਜੀ ਪੁੱਠੀ ਮੱਤ ਦੇ ਕੇ ਕੌਣ ਜਾਂਦਾ ਤੈਨੂੰ, ਤੂੰ ਬਰਾਤ ਚੰਪ ਲੈਣ ਜਾਣੇ ਆ? ਨਾ ਸਾਲੀਏ ਜੇ ਕੋਈ ਸ਼ਰਾਬੀ ਤੈਨੂੰ ਉੱਥੋਂ ਚੱਕ ਕੇ ਲੈ ਗਿਆ, ਮੈਂ ਤਾਂ ਰਹਿ ਗਿਆ ਵੱਟਾਂ ਤੇ ਹੱਥ ਮਾਰਨ ਜੋਗਾ। ਨਾਲੇ ਇੱਕ ਗੱਲ ਦੱਸ, ਕਰਨ ਕੀ ਜਾਣਾ ਤੂੰ ਉੱਥੇ, ਦੱਸ? ਇੱਕ ਤਾਂ ਜਿਹੜਾ ਘੁੰਡ ਵਾਲਾ ਰਿਵਾਜ ਜਿਹਾ ਚੱਕਤਾ ਨਾ, ਇਹਦਾ ਸਿਆਪਾ ਸਾਰਾ। ਆ ਬੀਬੀ ਹੋਣਾਂ ਦੀ ਆਵਾਜ਼ ਨਹੀਂ ਨਿਕਲਦੀ ਹੁੰਦੀ ਸੀ, ਘੁੰਡ ਚ ਘਿਣਮਿਣ ਘਿਣਮਿਣ ਜੀ ਕਰ ਜਾਂਦੀਆਂ ਸੀ। ਢੰਗ ਨਾ ਰਹਿ ਇੱਥੇ, ਜਾਣਾ ਬਰਾਤ ਇਹਨੇ। ਉਹ ਮੈਨੂੰ ਐਂ ਤਾਂ ਦੱਸ ਦੇ, ਤੂੰ ਬਰਾਤ ਜਾ ਕੇ ਕਰਨਾ ਕੀ ਹੈ? ਦਾਰੂ ਪੀਣੀ ਹੈ ਤਾਂ ਉੱਥੇ, ਜੇ ਬੰਦਿਆਂ ਵਾਂਗੂ ਬੁੱਲਾ ਚ ਨੋਟ ਦੇ ਕੇ ਉੱਥੇ ਲਾਭ ਹੀਰੇ ਨੂੰ ਫੜਾਉਣਾ ਹੈ? ਦੱਸ ਤਾਂ ਦਿਓ ਕਰਨਾ ਕੀ ਹੈ ਬਰਾਤ ਚ। ਪੁੱਤ ਸੱਸ ਹੈ ਤੇਰੀ, ਐ ਨੀ ਬੋਲੀ ਦਾ ਹੁੰਦਾ। ਬੀਬੀ ਤੂੰ ਬਹੁਤੀ ਜੂਹੀ ਚਾਵਲਾ ਨਾ ਬਣ, ਤੂੰ ਜਾਣਾ ਬਰਾਤ, ਚੱਕ ਝੋਲਾ ਤੇ ਤੁਰਜਾ ਕੁੜੀ ਕੋਲੇ। ਤੇ ਮੰਮੀ ਜੀ ਤੁਸੀਂ
थोनू तो हूँ मुंडे ने घरें बाड़ना नहीं ते किसे साथ दे डेरे जाके बह जाओ बजाई चलो चिमटे उत्थे इत्थे तो रोटी हजम नहीं आउंदी बरात जाना इन्होंने मैं तो बरात जाऊंगी किहदी पुछ नहीं रही दस रही हाँ हुणे थले जाके सारयां नूं कहो कि मेरी वैफ तो जाऊगी बरात मैं की हुंदा बरात च शराबी भी लड़दे आ उत्थे ते तुसी की लैण जांदे हो मैं भी नहीं जाऊंगा बस खुश मैं इत्थे अपने हक लैण नूं फिरदी आ तुसी आपदा भी गवा लो अज फैसला कर लो जा तां कहो भी मैं भी बरात जाऊंगी मैं ना मोढे ना मोढा लाके खड़े होवो नहीं तां मेरे बैड ते पैण दी लोड़ नहीं आ आपदा मंजा अड डालो तुसी तो सानू औरतां नू दबाना चाहुंदे हो आपदे हिसाब नाल कराउणा ना काम पखा चला दो ना लैट छुट्टी कौन करूगा साडे ते रोह पवा लो बस बागे की बरात वेले ही कहिंदे गल हो गई सी उत्थे अच्छा हां जी पटवारियां दी कुड़ी आ लै सत श्री अकाल बेबे आपां नहीं जाना गले गुले ते असी तां जावांगे जे सानू बरात लैके जाणगे नहीं तां बंदे आप ही गालण गीत कारां विहारां वेले असी किवें चेते आ जांदियां इन्हां दे ना पुत रहण दे सारियां नू गालां पईआं पिंड च पंज सत दे तां कहिंदे पुड़े सेकते दफा कर पुत नहीं जाण दिंदा तां बेबे जदों आपां तौड़ी च दुध पा के रखीदा आ तां तौड़ी आपे मलाई उत्ते कर दिंदी आ आराम नाल चक लो पर जदो दुध रिड़कने च पा के रखीदा आ उदो ओ कदे आप मखणी उत्ते करदा है नहीं ना पुछो क्यों भला क्यों क्योंकि तौड़ी माता हुंदी आ जनानी ते रिड़कना नर यानी कि बंदा बंदा जनानी वांगू सिद्धा थोड़ी हुंदा है ओनू रिड़कना पैंदा आ तां जाके मखणी निकलदी आ इना बंदियां नू ना रिड़कना पैणा आ ਤਾਂ ਜਾ ਕੇ ਸੂਤ ਆਉਣਗੇ ਇੰਨੀ ਆਸਾਨੀ ਨਾਲ ਕੁਛ ਨਹੀਂ ਦਿੰਦੇ ਸਾਨੂੰ ਅਮਨ ਆ ਕੋਲੇ ਚ ਸਬਜ਼ੀ ਪਾ ਕੇ ਲਿਆਈ ਚਾਚੀ ਲਈ ਬੇਬੇ ਇੰਨੀ ਆਸਾਨੀ ਨਾਲ ਕੁਛ ਨਹੀਂ ਮਿਲਣਾ ਦੇਸ਼ ਆਜ਼ਾਦ ਕਰਾਉਣ ਲਈ ਵੀ ਨਾ ਪਤਾ ਕਿੰਨੀਆਂ ਲੜਾਈਆਂ ਲੜਨੀਆਂ ਪਈਆਂ ਸੀ ਆ ਤਾਂ ਪਹਿਲੀ ਚਿੰਗਿਆੜੀ ਆ ਚਾਚੀ ਆ ਫੜ ਡੱਬਾ ਸਬਜ਼ੀ ਦੇ ਬਹਾਨੇ ਮਾਧਰੀ ਮਾਸੀ ਨੂੰ ਕਹਿ ਦੇ ਵੀ ਆਪਾਂ ਨਹੀਂ ਆਉਣਾ ਨਾ ਪੁੱਤ ਬਗ ਜਾ ਪੁੱਤ चाची तू मीट नहीं खाना सारी जिंदगी लुक लुक के तरी च बुरकियां लबेड़दे रहना है जा पुत जा जा नहीं करे चल कड्डू रड़का चल बे वीरे ना क्यों
ਜਾ ਲੰਘਿਆ ਆ ਗਿਆ ਆ ਗਿਆ ਕੀ ਕਰੀ ਜਾਂਦੀ ਸੀ ਭੈਣ ਮੇਰੀ ਆ ਬਸ ਤੈਨੂੰ ਪਤਾ ਹੀ ਹੈ ਕੰਮ ਹੀ ਨਹੀਂ ਮੁੱਕਦੇ ਲੈ ਭੈਣੇ ਦਾਲ ਲੈ ਕੇ ਆਈ ਸੀ ਤੇਰੇ ਵਾਸਤੇ ਜੀਤਾ ਹੈ ਨਹੀਂ ਕਹਿੰਦਾ ਹੈ ਨਹੀਂ ਹੈ ਨਹੀਂ ਦੇਖ ਭੈਣੇ ਸਾਡੀ ਬਹੂ ਕਹਿੰਦੀ ਨਾ ਦੀਦੀ ਤੇਰਾ ਦੇਵਰ ਦੀਵਾਨਾ ਵਾਲੀ ਮਾਦਰੀ ਦੀਸ਼ਕਤ ਬਣ ਕੇ ਕੰਮ ਨਹੀਂ ਚੱਲਣਾ ਤੇਰਾ ਤੈਨੂੰ ਹੁਣ ਬੇਟਾ ਫਿਲਮ ਵਾਲੀ ਮਾਦਰੀ ਦੀਸ਼ਕਤ ਬਣਨਾ ਪੈਣਾ ਕੁੜੇ ਉਹ ਕੌਣ ਹੈ ਕੋਇਲ ਸੀ ਤੇਰੀ ਬੋਲੀ ਕੁੱਕ 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 ਭੈਣੇ ਉਹ ਸਾਰਿਆਂ ਨੂੰ ਮੂਹਰੇ ਲਾ ਕੇ ਰੱਖਦੀ ਹੈ ਏ ਭੈਰੋ ਹਿੰਮਤ ਹੈ ਤੋ ਹੱਥ ਲਗਾ ਕੇ ਦਿਖਾ ਤੂੰ ਵੀ ਹੱਥ ਲਗਾ ਕੇ ਦਿਖਾ ਏ ਜੀਤੇ ਹਿੰਮਤ ਹੈ ਤੋ ਹੱਥ ਲਗਾ ਕੇ ਦਿਖਾ ਤੂੰ ਭੈਣੇ ਆਪਾਂ ਨਾ ਹੁਣ ਜਗੀਰੇ ਕੇ ਗੀਤ ਗਾਉਣ ਨੀ ਜਾਣਾ ਆ ਠੀਕ ਹੈ ਭੈਣੇ ਹਾਂ ਲਿਆ ਭੈਣੇ ਡੱਬਾ ਵਿਹਲਾ ਕਰਦਿਆਂ ਲੈ ਹੀ ਜਾਈ ਚੱਲ ਕੋਈ ਨਾ ਭੈਣੇ ਫੇਰ ਲੈ ਜੂੰਗੀ ਜਿੱਦਿਆਂ ਲੱਕੜ ਗੋਭੀ ਬਣਾਈ ਨਾ ਉਹ ਪਾ ਕੇ ਦੇ ਜੀ ਸਿੱਬੋ ਨੀ ਸਿੱਬੋ ਹਾਂ ਭੈਣੇ ਕੁੜੇ ਕੀ ਕਰੀ ਜਾਂਦੀ ਹੈ ਕਰਨਾ ਕੀ ਹੈ ਆ ਲੈ ਹਾਂ ਦੱਸ ਗੱਲ ਸੁਣ ਹਾਂ ਚਰਨੋ ਆਈ ਸੀ ਪਤਾ ਕੀ ਕਹਿੰਦੀ ਵੀ ਆਪਾਂ ਗਾਉਣ ਨੀ ਜਾਣਾ ਮੈਨੂੰ ਪਤਾ ਕੌਣ ਕਹਿੰਦੀ ਸੀ ਤੈਨੂੰ ਨੀ ਪਤਾ ਹੈ ਤੁਸੀਂ ਬੁੜੀਆਂ ਨਾ ਹੜਦੀਆਂ ਨਹੀਂ ਚੁੰਡੀਆਂ ਵੜਾਏ ਵੜਾਏ ਚੱਲ ਤੈਨੂੰ ਮੈਂ ਹੀ ਫੜਦਾ ਚੁੰਡੀਆਂ ਚੱਲ ਅੱਗੇ ਲੱਗ ਚੱਲ ਸਰਦਾਰ ਹਾਕਮ ਸਿੰਘ ਢਿੱਲੋਂ ਉਹ ਬਾਬਾ ਤੁਹਾਡੇ ਘਰ ਦੀਆਂ ਬੁੜੀਆਂ ਸਾਰੇ ਪਿੰਡ ਦਾ ਨਾਸ ਮਾਰਨ ਨੂੰ ਫਿਰਦੀਆਂ ਇਹ ਕਹਿੰਦੀਆਂ ਵੀ ਸਾਡੇ ਵਾਲੀ ਸ਼ੋਰ ਦੀ ਬਰਾਤ ਜਾਣਗੀਆਂ ਲਵਾਓ ਸਾਡੇ ਫੀਤੀਆਂ ਇਹ ਸਰਦਾਰ ਹਾਕਮ ਸਿੰਘ ਦੇ ਡੱਬੇ 'ਚ ਜ਼ਹਿਰ ਭਰ ਕੇ ਘਰ ਘਰ ਵੰਡੀ ਗਈ ਆ ਆਲਾ ਦੇਖ ਲਾ ਅੱਗੇ ਹਾਂਜੀ ਤੇਰੀ ਬੇਬੇ ਨੂੰ ਸੱਦੋ ਓਬੇ ਕੀ ਗੱਲ ਹੋ ਗਈ ਇਕੱਠ ਜਾ ਕਰੀ ਬੈਠੇ ਹੋ ਉਹ ਕੁਛ ਨਹੀਂ ਚਾਚਾ ਤੂੰ ਪੌੜੀਆਂ ਚੜ ਜਾ ਕੋਠੇ ਤੇ ਇਹਦੇ ਕੋਲੇ ਜ਼ਮੀਨ ਏ ਨਹੀਂ ਉਹਦਾ ਪਾਣੀ ਦੀ ਵਾਰੀ ਦੇ ਰੌਲੇ 'ਚ ਕੀ ਕੰਮ ਤੂੰ ਜਾਣਾ ਹੈ ਬਰਾਤ ਮੇਰੇ ਤਾਂ ਗੋਡੇ ਨਹੀਂ ਕੰਮ ਕਰਦੇ ਮੈਂ ਕੀ ਕਰਨਾ ਮੈਥੋਂ ਤਾਂ ਵਿਹੜੇ 'ਚ ਮਸਾ ਆ ਜਾਂਦਾ ਤੇਰਾ ਕੰਮ ਇਹ ਅਸੀਂ ਬਰਾਤ ਜਾ ਕੇ ਕੀ ਕਰਨਾ ਜੀ ਮੂੰਗੀ ਦੀ ਦਾਲ ਨਾਲ ਦੋ ਰੋਟੀਆਂ ਖਾਣੀਆਂ ਇੱਥੇ ਕੀ ਤੇ ਉੱਥੇ ਕੀ ਅਸੀਂ ਕਿਹੜਾ ਹੱਡ ਚੁੱਪਣੇ ਆ ਭੈਣ ਜੀ ਦੇ ਸਿਰ ਤੇ ਪੱਟੀ ਰੱਖ ਕੇ ਆਈ ਆ ਹਲੇ ਤਾਂ ਹੀ ਕੰਬੀ ਜਾਂਦੀ ਆ ਬਾਈ ਕੁੱਟੀ ਨਾ ਗਊ ਹੈ ਉਹ ਤੁਹਾਡੇ ਫੋਰਮੈਨ ਦਾ ਨਾਂ ਹੈ ਡੱਬੇ ਜੇ ਤੇ ਤੁਹਾਡੇ ਘਰੋਂ ਤਾਂ ਡੱਬਾ ਚੱਲਿਆ ਉਹ ਨਵੀਂ ਨੂੰ ਪੁੱਛ ਲੋ ਬੀਬੀ ਆਪਣਾ ਉਹੀ ਡੱਬਾ ਨੀ ਜਿਹੜਾ ਗਵਾਚ ਗਿਆ ਸੀ ਹਾਂ ਕੁੜੇ ਇਹ ਤਾਂ ਉਹੀ ਹੈ ਕਿਸੇ ਟੁੱਟ ਪੈਣੇ ਨੇ ਬਹਿਮਤ ਕੀਤੀ ਹੋਊਗੀ ਮੇਰੇ ਸਿਰ ਦੇ ਸਾਈਂ ਦਾ ਨਾਮ ਬਦਨਾਮ ਕਰਨ ਵਾਸਤੇ ਮੈਂ ਕਿਹਾ ਸੀ ਸਾਰਿਆਂ ਨੂੰ ਵੀ ਅਸੀਂ ਬਰਾਤ ਜਾਣਾ
ਕਿਹਾ ਸੀ ਨਾ ਇਹੀ ਹੈ ਪਵਾੜੇ ਦੀ ਜੜ ਸਾਰੀ। ਬਾਪੂ ਜੀ ਤੁਸੀਂ ਦੱਸੋ ਇਹਦੇ 'ਚ ਕੀ ਗਲਤ ਕਹਿਤਾ ਸੀ, ਫੇਰ ਕੀ ਹੋਇਆ ਜੇ ਅਸੀਂ ਵੀ ਵਿਆਹ ਦੇਖ ਲਾਂਗੀਆਂ। ਮਾਵਾਂ ਪੁੱਤ ਜੰਮਦੀਆਂ, ਪਾਲ ਪੋਸ ਕੇ ਐਡਾ ਵੱਡਾ ਕਰਦੀਆਂ, ਫਿਰ ਇਹ ਦਿਨ ਆਉਂਦਾ ਆ ਇੱਕ ਮਾਂ ਆਪਦੇ ਪੁੱਤ ਦੀਆਂ ਲਾਵਾਂ ਵੀ ਨਹੀਂ ਦੇਖ ਸਕਦੀ, ਇਹ ਤਾਂ ਗਲਤ ਗੱਲ ਆ ਨਾ। ਬਾਪੂ ਜੀ ਬੁੜੀਆਂ ਦੀ ਵੀ ਗੱਲ ਸੁਣਨੀ ਚਾਹੀਦੀ ਆ, ਤੁਸੀਂ ਆਪ ਵੀ ਤਾਂ ਇੱਕ ਬੁੜੀ ਦੇ ਪੁੱਤ ਹੋ, ਫੇਰ ਕੀ ਹੋਇਆ ਜੇ ਅਸੀਂ ਵੀ ਵਿਆਹ ਦੇਖ ਲਾਂਗੀਆਂ। ਨਾਲੇ ਸਾਰਾ ਪਰਿਵਾਰ ਫੋਟੋਆਂ 'ਚ ਵੀ ਇਕੱਠਾ ਹੋ ਜੂਗਾ ਕਿ ਨਹੀਂ? ਵਾਹ ਧੰਨਵਾਦ। ਆ ਟੂਮ ਲੱਗਿਆ ਸੀ ਬਾਪੂ ਮੇਰੇ ਪਾਉਣ, ਹੋਏ ਸ਼ੁਕਰ ਹੈ ਮਾਲਕਾ ਬਚਾ ਲਿਆ ਓਏ, ਭੁਗਤੋ ਹੁਣ। ਇਹਨੂੰ ਲੈ ਜਾਓ ਆਪਦੀ, ਇਹਨੂੰ ਅਸੀਂ ਨਹੀਂ ਰੱਖਣੀ। ਬਾਪੂ ਜੀ ਕੁੜੀ ਨਿਆਣੀ ਆ, ਅਸੀਂ ਸਮਝਾਵਾਂਗੇ, ਅੱਗੇ ਤੋਂ ਐ ਨਹੀਂ ਕਰਦੀ। ਬਾਈ ਜੀ ਮਾਹੌਲ ਨਾ ਖਰਾਬ ਕਰੋ, ਗੱਲਾਂ ਗੱਲਾਂ 'ਚ ਗੱਲ ਵੱਜੂਗੀ, ਤੁਸੀਂ ਆਪਦੀ ਨੂੰ ਲੈ ਜਾਓ। ਸਾਡੇ ਬਾਪੂ ਜੀ ਨੇ ਜੋ ਕਹਿਤਾ ਕਹਿਤਾ ਬਸ। ਬਾਪੂ ਜੀ ਕੀ ਕਰੀ ਜਾਂਦੇ ਯਾਰ? ਮੈਂ ਗਰੰਟੀ ਲੈਂਦਾ ਬਾਪੂ ਜੀ, ਮੇਰੀ ਧੀ ਕੁਛ ਕੁ ਦੀ ਵੀ ਨਹੀਂ ਇਸ ਤੋਂ ਬਾਅਦ। ਉਹ ਮਸਲਾ ਕਮਾਲ ਕਰੀ ਜਾਂਦਾ, ਗਰੰਟੀ ਨੂੰ ਇਹ ਪੱਖਾ, ਤੁਹਾਨੂੰ ਇੱਕ ਵਾਰ ਕਹਿਤਾ ਤੁਸੀਂ ਆਪਦੀ ਨੂੰ ਲੈ ਜਾਓ, ਲੈ ਜਾਓ। ਬੀਬੀ ਪਾਏ ਦਾ ਸਮਾਨ ਝੋਲੇ 'ਚ ਪਿੰਟੇ। ਉੱਠ ਉੱਤੇ ਬੈਠ। ਹੈ ਕਮਲੀਆਂ ਗੱਲਾਂ, ਤੂੰ ਬੰਦਾ ਹੈ ਦਰਸ਼ਨ ਸਿਆਂ, ਇਹ ਤਾਂ ਭੇਡਾਂ ਨੇ, ਅਕਲ ਹੈ ਇਹਨਾਂ ਨੂੰ ਬਈ ਬਰਾਜ ਕਿਵੇਂ ਖਾਈ ਪੀਦਾ ਹੁੰਦਾ? ਅਖੇ ਮਾਂ ਲਾਵਾਂ ਨਹੀਂ ਦੇਖਦੀ, ਫਿਰ ਕੋਈ ਪੁੱਛੋ ਇਹਨੂੰ ਪਾਣੀ ਮੈਂ ਵਾਰਿਆ ਸੀ ਇਹਦੇ ਸਿਰ ਤੋਂ ਕਿ ਬੱਗੇ ਦੀ ਬੀਬੀ ਨੇ? ਹਰੇਕ ਚੀਜ਼ ਦਾ ਕੋਈ ਵਲ ਢੰਗ ਹੁੰਦਾ, ਬਜ਼ੁਰਗਾਂ ਦੀਆਂ ਬਣਾਈਆਂ ਹੋਈਆਂ ਗੱਲਾਂ ਨੇ ਤਾਂ ਕਿ ਬਸ ਤੁਸੀਂ ਬਾਹਲੀ ਸਿਆਣੀ ਜੰਮ ਲਈ। ਤੁਸੀਂ ਠੀਕ ਕਹਿੰਦੇ ਹੋ ਭਾਜੀ, ਰਾਣੀ ਮਾਫੀ ਮੰਗਦੀ ਹੈ। ਜਾ ਪੁੱਤ। ਗਲਤੀ ਹੋ ਗਈ ਬਾਪੂ ਜੀ, ਹੁਣ ਨਹੀਂ ਕਹਿੰਦੀ। ਗਲਤੀ ਹੋ ਗਈ, ਹੁਣ ਮੈਂ ਚੁੱਪਾਂ। ਜੇ ਮੀਟ ਚੋਂ ਕੁੱਕੜ ਦੀ ਇੱਕ ਅੱਧ ਹੱਡੀ ਵੀ ਇੱਧਰ ਉੱਧਰ ਹੋ ਗਈ ਨਾ, ਜਿਹਨੇ ਵੀ ਕੀਤੀ ਉਹਦਾ ਮੀਟ ਮੈਂ ਬਣਾਉਂ। ਬਗੇ ਉਹ ਬਗੇ। ਹਾਂਜੀ ਬਾਪੂ ਜੀ। ਮੱਲਾ ਤੇਰੇ ਜੀ ਕਣ ਨੇ ਕਦੇ ਸਾਡੇ ਵਾਲੀਆਂ ਬੋਲਦੀਆਂ ਸੁਣੀਆਂ ਨੇ ਤੂੰ? ਹੈਂ ਆ ਤੇਰੇ ਵਾਲੀ ਦਾਦੀ ਹੈ ਨਾ, ਕਦੇ ਕਿਸੇ ਨੇ ਮੇਰੇ ਮੂਹਰੇ ਬੋਲਦੀ ਸੁਣੀ ਹੈ? ਨਵੀਂ ਨਵੀਂ ਵਿਆਹੀ ਆਈ ਸੀ ਉਦੋਂ ਤੋਂ ਲੈ ਕੇ 2 ਸਾਲ ਤੱਕ ਕਦੇ ਕਿਸੇ ਨੇ ਬੋਲਦੀ ਨਹੀਂ ਸੁਣੀ, ਬਸ ਰੋਂਦੀ ਸੁਣੀ ਹੋਣੀ ਹੈ। ਬੋਲਣ ਦਿੱਤੀ ਨਹੀਂ ਜੱਟ ਨੇ, ਕੁੱਟ ਕੁੱਟ ਕੇ ਤੱਕਲੇ ਵਾਂਗੂ ਸਿੱਧੀ ਰੱਖੀ ਹੈ। ਹੁਣ ਮੱਲਾ ਏ ਤੀਵੀਂ ਤੇ ਜੁੱਤੀ ਝਾੜ ਕੇ ਰੱਖਣੀ ਪੈਂਦੀ ਹੈ, ਜੇ ਤੜਕੇ ਹੱਥ ਨੇ ਨਾ ਝਾੜੋ ਨਾ ਪੈਰ ਵੱਢਦੀ ਹੈ। ਇੱਕ ਗੱਲ ਸੁਣ, ਹੁਣ ਤਾਂ ਹੈਗੀ ਦਬੀ ਹੋਈ, ਜਾ ਕੇ ਬਹੁਤੇ ਲੇਲੇ ਪਿਪਜੇ ਕਰਨ ਦੀ ਲੋੜ ਨੀ, ਜਾਂਦਾ ਹੀ ਦੋ ਮਾਰੀ ਰਹਿ ਬਟੇ। ਹੁਣ ਤਾਂ ਦਬੀ ਹੋਈ ਹੈ ਸੂਤ ਆਜੂ,
अज बरात कहती है कल नू कहूं मैं सिलमे जाना जे सारी उम्र तो जी जी कराउणा ना जान सार हथौला कर दे समझ गया मैं जा फिर खड़ा की कर रहा है सारे पिंड सामने मिट्टी पट के रखती चार जमाता की पढ़ ली अंडे लेने बरा जाके हुन्नी कर दी सॉरी चार बाबा मैं तेरी सॉरी सा आवाज अंदर जे हुन आवाज बाहर आई ना तो गल घोट के मार दू आज तो बाद तेरे मुंह चो एक भी अक्षर सुन लिया ना कैची नाल जीभ कट दू तुसी ठीक हो ताया इदा भी मंजा अपने वाले चबारे च आया ले दे ताड़ी ओ किसे होर दी भज्जन नाल तैनू तां नहीं जुड़न लगी बच्चू तेरे लक्षण भी ना मेरे वाले ही तू भी टब्बर दा काला टिक्का बनया ही लै काला टिक्का ना पिंटे तू नहीं ताए अंगू सारी उम्र छड़े मरना ओ जे 35 टप गए कढ लियावांगे किसे ना किसे दी जे 46 टप गए कोई दहेजू दहूजू नाल सार लांगे कम जे 45 टप गए चल कोई मुल मल दी आजूगी जे 50 टप गए जे 50 टप गए 50 टप के ही तो फीतियां लगदियां जदों कोई राह नहीं लभदा हां सुखी सी फिर पट ली मिट्टी बापू होरा दी रानी बुरिया पुत्र बैठे थे जा कुड़े आपकी भाभी वास्ते चाह लेके आ हाँ जी पुत हुण अगे की करना आपां मैं नहीं जाना एदां ही ठीक आ क्यों कुड़े कंधा कौन है ते वजियां चप्पलां दियां आवाजां तो डर गई तो हड्डां ते वजियां आवाजां दा पता है सानू बरात तो हुण जाना है आपां ये लोग सानू सदियां तो दबाउंदे आए ने
कल जे वेड़े च बुढ़ी अगे तेरी मां हुंदी ते तेरे वास्ते लड़दी, एक बिजू पैरां च बह गया ते दूजे ने माफी देती, दोनों बंदे ते फैसला जनानियां दी किस्मत दा। नाले की मंग लिया सी इन्हां तों, की खो लिया? अपने पुत दा व्याह ही देखना है। जे ओहदा दादा है तो कुड़े मैं ओहदी दादी नहीं। जेड़ी दादी दियां गोदी चक चक पोतियां नूं बखियां रह गईयां, वो अपने पोते दे व्याह दा चाह नहीं देख सकदी। पुत दुद्ध जे पहली बार ना जम्मे तां उहनूं डोलना नहीं चाहीदा, उहनूं दुबारा जाग ला लो। ये टै जाने रड़कने ने रड़कने, एडी सौखी मक्खन नहीं कढ़न देणगे। सुनो पुत, तुसी व्याह कराउणा है, व्याह तो नहीं डरना। मेरी तो मां नहीं सी, थोड़े लिए तो असी सारे बैठे हाँ। साला लगता थोनू कोई हथ ला जू, इहनू इज्जत रास नहीं आई। जे इहदी धौण ते गोडा रख के ना दिखाया थोनू, तो मेरा नाम भी दिलीप कौर नहीं। तगड़िया हो जाओ तुसी। चलो जे कर्मा च होया तो दो सैंखियां चूप लांगे, नहीं तरी भी स्वाद ही हुंदी है। आप लड़ने नी पैनो नी हार मननी नी कुड़े, नी तुसी टल जो नी पैनो नी हट से कुणगे थोड़े नी शड़ दियो जित कुड़े। बह गए कुर्सी डाके, तेरा की कम है इत्थे जनानियां च ना मिटिया? VCR देखने लई भी ना 10-10 रुपये पाने पैंदे ने सारयां नूं, जदों तेरे कोले जनानियां नहीं हैगी किधे च पाउण नूं, तेरा तां बणदा ही नहीं देखना। चल खड़ा हो, साडी मज देख जाके उत्थे गोहा पतला करी जांदी है। ओ मार मार पछकैरियां ने कट्टा लबेड़ता। चल आपां लड़ने नी पैणो नी हार मननी नी कुड़े, नी तुसी टल जो नी पैणो नी हड सेकणगे थोड़े नी छड़ दियो जिद कुड़े। हड सकाउंदियां ई आईयां नी हुण बदले लैणे, भरोसा साडे ते कर लो नी पैणो, रुत्तां नवियां असीं लियावांगे। अकड़े खड़े जो पुल नी पैणो, इना पुलां हेठों पाणी लंघावांगे। रेडियो वर्गियां दो थपड़े मारो फिर जलंधर फड़ दियां। सूते फिर आउंदियां हे। असी जाना कराते दिला चो डर नू कड कुड़े, आपा खावांगे पैणो नी ओथे हड कुड़े। टल जो नी पैणो हड सेकण गे थोड़े, तुसी कास्तों जिद्दां फड़ियां ने। टल जो नी पैणो हड सेकण गे थोड़े, तुसी कास्तों जिद्दां फड़ियां ने। डरो ना, मैं थोड़े नाल ही हां। तुसी तां बाले डरपोक हो, बापू जी मूहरे तां थोड़ी जबान नहीं खुलदी। इहो जे साध की करिए असी, तुसी तां बंदे हो के बंदियां वल ते नहीं हो, ते जनानियां वल ते की होंगे? तुसी उन्हां दे गद्दार हो। फर्क की रह गया साडे बंदियां दे थोड़े च? लक्षण तां थोड़े भी बापू वाले ही हैं, तख्ता पलट करके बापू बन के थले जाके बेड़े च मंजा डालना चाहते हो ना? बंदे बुढ़िया की गल नहीं है, गल सही गलत दी है। मैं सही नाल खड़ा, मैं दस तेनू की गलत कहा यार, मैनू तुसी रख लिया नाल, इहदे नालों तां ना मैं थले जाके बापू नू सुणाउंदा इह गीत।
ਉਹਨੂੰ ਲਾ ਕੇ ਤੁਹਾਡੇ ਜੁੱਤੀਆਂ ਨਾ ਮੌਜ ਨਾਲ ਬੈਠਾ ਉਹਦੇ ਨਾਲ ਮੀਟ ਖਾਂਦਾ ਹੁੰਦਾ ਵਿਹੜੇ ਚ। ਗਲਤੀ ਹੋ ਗਈ, ਮਾਫ ਕਰ ਦਿਓ। ਗੱਦਾਰ ਆ ਨਾ ਮੈਂ, ਮਾਫ ਕਰ ਦਿਓ। ਹਾਏ ਮੈਂ ਮਰ ਜਾ ਇੰਨਾ ਗੁੱਸਾ, ਮੈਨੂੰ ਨਹੀਂ ਸੀ ਪਤਾ ਮੈਨੂੰ ਕੁੜੀਆਂ ਵਰਗਾ ਮੁੰਡਾ ਮਿਲਿਆ। ਮਾਫ ਕਰ ਦਿਓ। ਵੇਖੋ ਵੇਖੋ ਚੰਨ ਨੂੰ, ਵੇਖੋ ਵੇਖੋ ਚੰਨ ਨੂੰ, ਗ੍ਰਹਿਣ ਲੱਗਿਆ ਮੱਥੇ ਤੇ ਤਿਉੜੀਆਂ ਤੇ ਗੁੱਸਾ ਲੱਭਿਆ। ਤੇਰੀ ਬੈਠਾ ਬੁਲਵੀ ਨਿਆਣਿਆਂ ਦੇ ਵਾਂਗੂ ਫੁੱਲੀ ਜਾਵੇ ਮੂੰਹ ਵੀ ਗੁਬਾਰਿਆਂ ਦੇ ਵਾਂਗੂ। ਸਾਰੇ ਪਿੰਡ ਦੀ ਆਸੀ ਹੱਟੀਆਂ ਖਰੀਦੀਆਂ, ਪਾਤ ਪਾਤ ਦੀ ਆਸੀ ਲਿਆਂਦੀਆਂ ਨੱਚੀਆਂ। ਲੱਗਦਾ ਇੱਕ ਰੋਦ ਨਾਲ ਪਿਆ ਰਜਿਆ ਮੱਥੇ ਤੇ ਤਿਉੜੀਆਂ ਤੇ ਗੁੱਸਾ ਲੱਭਿਆ। ਵੇਖੋ ਵੇਖੋ ਚੰਨ ਨੂੰ ਗ੍ਰਹਿਣ ਲੱਗਿਆ ਮੱਥੇ ਤੇ ਤਿਉੜੀਆਂ ਤੇ ਗੁੱਸਾ ਲੱਭਿਆ। ਤਾਇਆ ਮੈਨੂੰ ਲੱਗਦਾ ਆਪਣੇ ਚਵਾਰੇ ਤੇ ਸਾਹਮਣੇ ਤੋਂ ਮੋਰ ਫਿਰਦੇ ਆ ਯਾਰ। ਨਹੀਂ ਨਹੀਂ ਦੋ ਬਿੱਲੇ ਨੇ ਤਾਇਆ, ਉਹ ਧਿਆਨ ਨਾਲ ਦੇਖ, ਦੋ ਸੱਪ ਹੋਣੇ ਤੇਰੇ ਕਾਲਜੇ ਤੇ ਲੜਦੇ ਆ। ਹਾਸਿਆਂ ਨੂੰ ਕੋਲ ਕੇ ਪਿਉਣਾ ਪਊਗਾ, ਜਾਂ ਤਾਂ ਵੀ ਤੇ ਮੁਸਕਾਨ ਦਾ ਬਣਾਉਣਾ ਪਊਗਾ। ਸਾਰਾ ਦਿਨ ਪਿੱਛੇ ਪਿੱਛੇ ਮੇਰੇ ਤਾਂ ਕਰਾਂ ਮੈਂ, ਆਕੜਾਂ ਦੀ ਪੰਡ ਦਾ ਇਲਾਜ ਕੀ ਕਰਾਂ ਮੈਂ। ਹਾਸਿਆਂ ਮੁਖਾਲਾਂ ਨੂੰ ਵੀ ਕਰ ਸਦਿਆ ਮੱਥੇ ਤੇ ਤਿਉੜੀਆਂ ਤੇ ਗੁੱਸਾ ਲੱਭਿਆ। ਵੇਖੋ ਵੇਖੋ ਚੰਨ ਨੂੰ ਗ੍ਰਹਿਣ ਲੱਗਿਆ ਮੱਥੇ ਤੇ ਤਿਉੜੀਆਂ ਤੇ ਗੁੱਸਾ ਲੱਭਿਆ। ਰੋਸਿਆਂ ਦਾ ਨਹੀਂ ਓ ਦਿਲ ਜਾਂਦਾ ਠੱਗਿਆ ਮੱਥੇ ਤੇ ਤਿਉੜੀਆਂ ਤੇ ਗੁੱਸਾ ਲੱਭਿਆ। ਵੇਖੋ ਵੇਖੋ ਚੰਨ ਨੂੰ ਗ੍ਰਹਿਣ ਲੱਗਿਆ ਮੱਥੇ ਤੇ ਤਿਉੜੀਆਂ ਤੇ ਗੁੱਸਾ ਲੱਭਿਆ। ਸੋਚਿਆ ਪੁੱਤ ਹੁਣ ਕੀ ਕਰਨਾ ਆਪਾਂ? ਜਦੋਂ ਦਾ ਪਤਾ ਲੱਗਿਆ ਤੁਸੀਂ ਮੇਰਾ ਇੰਨਾ ਸੋਚਦੇ ਹੋ, ਮੈਂ ਆਪ ਹੀ ਸੋਚਣਾ ਭੁੱਲ ਗਈ। ਪਤਾ ਮੇਰੇ ਤੇ ਸਾਰਿਆਂ ਨੇ ਜ਼ਿੰਮੇਵਾਰੀ ਜੀ ਪਾ ਦਿੱਤੀ ਸੀ ਵੀ ਅਸੀਂ ਬਰਾਤ ਜਾਣਾ ਹੀ ਜਾਣਾ, ਪਰ ਦੋ ਦਿਨਾਂ 'ਚ ਵਿਆਹ ਹੋ ਜੂ, ਫਿਰ ਪਤਾ ਨਹੀਂ ਛੇਤੀ ਕਿਤੇ ਇੱਥੇ ਕਿਸੇ ਦਾ ਵਿਆਹ ਹੋਣਾ ਹੈ ਕਿ ਨਹੀਂ।
पर असी सारियां तां रह गईआं ना। ना ना है कमली हंजू की भर दिया नैणा च मैं पग कि देख के बनू नैण नैणा नहीं नैण तुसी साडे नाल हो ना तुसी छड्ड तू भी तेरे नाल गलती होगी बापू जी माफ कर दो गलती होगी पापा जी असल च मेरे ना जो नैन आई सी ना मैनू तो उन्ने पटता उन्ने मैनू पुठियां पट्टियां पढ़ाईया सी भी ऐ करी ओ करी कहिंदी जान जान बैपता करी फिर सौरे सूत रहणगे गलती होगी बापू जी हाय मैं मर गई सौरे तक की सूत रहने हैं बेबे मैं सूती गई नैन दे चक्करां च बेड़ा बह जा इन्हां नैणां दा नहीं मैं तो जवानी च नहीं किसी मुंडे तो पट्टी गई सी चाई चाई मैं नैणां तो पट्टी गई इन्हें मेरा बथार कुटिया ता पुत मैं सिद्धी हुई ए दयाली गोगी जी बथेरा बोलदी सी हुण एह जी दवाई दित्ती है हुण बुलाया तो नहीं बोलदी रब लम्मिया उमरा करे सानू बुढ़िया नू सीधे राह पाउण वाले नी है कपत्तियां नैणां नैण मैनू कहिंदी जे बंदे हड्ड खा सकदे आ तेरे कड़ा मरी मच्छी जीभ ते दंदी वड़दी है तू भी खा सकदी है आही तां मैं उदन बाटी च कलेजियां लकोईआं सी ते उदे बापू जी दी जाड़ दुखदी सी ओह पतीले च कलेजियां लब्भण बह गए मैं फड़ी गई ते अगली वारी मैं कुकड़ी दी लत्त वाली संखी लकोली बापू जी फिर पतीले च कुकड़ी दी दूजी लत्त लब्भण बह गए हुण मैनू थोड़ा पता सी भी थोनू कुकड़ी दी हड्डी हड्डी रटी है मैं फिर फड़ी गई याद है तेनू तू मैनू कहा सी तेरिया दोहे लत्ता तोड़ दू जे मुड़के कुकड़ी दी लत्त खादी है तो यह भी कोई तीवियां दे खाने वाली चीज है आ देख ले आ गोहा मत्थे लगदा मैं नहीं मुड़के खादा नैन चंद्री जी गलती हो गई माफ कर दी गलती होगी माफ कर दियो नैणा ने पटती सी भाई मुंडे तो नैणा ने पट्टे सुने सी बुढ़िया भी नैणा ने पटती गलती होगी माफ कर दियो गलती होगी आहो बई ए नैणा ही पुठी पट्टी पढ़ाउंदियां ने होर की पटवारी इन्ना रोह मार दिया चाचा भला ऐसे ची आ भी बगाने पिंड दी बुढ़ी वड़न ही ना दियो इस पिंड च ओ फिर हल की आ कुड़ी नाल कोई ना कोई बुढ़ी तो चाहीदी है कि नहीं न्याणी कुड़ी नूं ऐ किवें तोड़ दू कोई यार आपां अपने पिंड दीआं दो तीन बुढ़ियां लै चलीए नाल आ जिहड़ा बोलिया दसो बई इन्नी स्याणी गल किने कीती है मैं बाबा बल्ले जीते दी मां ने तां जीते ही जम्मिया सही गल इह है बई अपने पिंड दियां दो तीन कुड़ियां जान गियां नाल कोई नैन नूं नी Thank you.
ਚੁੱਕ ਕੇ ਤਾਂ ਵੇਖੀਏ ਕੰਧਾਂ ਕੋਲੇ ਛੱਤਾਂ ਕੋਲੋਂ ਸੁੱਟ ਕੇ ਤਾਂ ਵੇਖੀਏ ਧੁੱਪ ਛਾਂ ਦੇ ਉੱਤੇ ਹੱਕ ਰੱਖ ਕੇ ਤਾਂ ਵੇਖੀਏ ਆ ਜਾ ਆ ਜਾ ਲਈਏ ਗੀਤ ਜ਼ਿੰਦਗੀ ਦੇ ਗਾ ਚੱਖੀਏ ਸਹੇਲੀਏ ਗੁੱਝੀਏ ਪਹੇਲੀਏ ਮੱਥੇ ਉੱਤੇ ਲਈਏ ਚੰਨ ਸੂਰਜ ਸਜਾ ਚੱਖੀਏ ਸਹੇਲੀਏ ਗੁੱਝੀਏ ਪਹੇਲੀਏ ਮੱਥੇ ਉੱਤੇ ਲਈਏ ਚੰਨ ਸੂਰਜ ਸਜਾ बर्फी हुई ना गीजा भर के ले आई हाय तुसी ता रज रज खाओगी गुलाब जामुन चोरी करने थोड़े आले भुखिया ने तो कुछ छड़नी नहीं कल साड़े पिंडो बरात च प्रौणियां भी आउणगियां तू सेवा कर ली तैयार रही अपने पिंडां दी पहली बरात आ जिच कुड़ियां भी आउणगियां डोडे तां नहीं पीगी किसी दे भुलेखे नाल आउणगियां कुड़ियां बरात सुण दे वड्डी क्रांतिकारी गुलाब जामुन चोरी करन जाणा मैं मूंह नेरे दुनिया दे रंगां विच अपना वी रंग होवे अज होईए इकट्ठे फिर अपना इक कल होवे रीता तेरी आवाज नवे कट लवांगे इक इक पैर अगे वध लवांगे ताकि पुराना राग नवा लईएगा सखी सहेलिए गुज्जिए पहेलिए मथे उत्ते लईए चन्न सूरज सजा सखी सहेलिए गुज्जिए पहेलिए मथे उत्ते लईए चन्न सूरज सजा गुज्जिए पहेलिए चंदन दी गलिए फिकरां नूं देई फूक मार के उड़ा जलजीरा लिया के दे दिए नाम तो बता दे बापू बापू सानू डस रख दे ने
अपनी ओए जीते ओए ओए जीते जीते जरा चल यार मेरे यार ऐ दिया जो भी काम करेगा पुट्ठा ही करेगा पुट्ठा ही करेगा गलती हो गई यार तुझे इतने की कर रही हो बगिया ओए ओ जो करे छड़ के आए ना नू चल हुण लगे जाए ना नू बेड़ा नी बेड़ा भरिया शगना पहले नहीं देखता है थानू मुंह चक के तुर पिया सी एक साडे वाली मैडम ज्यादा सियाणी बनती है थानू 50 बारी कह दे मगर ना लगया करो ए थोड़ा भी जुलूस कढवाऊगी चुप कर दे जेठ है कुड़ी दा ओ बेबे नहीं साडा पढ़े लिखे दा आपस च माड़ा मोटा हासा मजाक चलदा है क्यों भरजाई भैणे तेरा फोन आया आईया नहीं फिर तेरी परौणियां मैं तो डीक दी सी उत्तों फिर एड्डी भुखी बरात एक गुलाब जामुन नहीं छड्डी इन्होंने ना तू तो पढ़ी लिखिया इन्हें संस्कार ही सिखा दे माड़े मोटे वड्डी क्रांतिकारी मैंने सब पता है जो तू पाल दिया रोज उसल वट्टे लैनी है तेन निकलन का बहाना मिल जे बस कोई रुक जा जिदन तेरिया दूजिया चिट्ठिया फड़िया गई ना सोहरिया ने कुट कुट मामे का पिंड विखा देना तेरे तू भैने बस मेरा विआह हो सारी दिहाड़ी कबूतर ओदी बोली च गुटरगू करी जाऊगा भी मन्या सोनी है सोने का कोट तुम्बे भी होंदे है क्यों जी मेरे को एक जुगता है थोड़ी जी औखी पर आपां नूं गलबात अपने हाथ च लैनी पऊ भी जिथे आपां जो कहीए ओ होवे हाले तक तां आपां इन्हां तों उम्मीद करदे आए सी पर इह होऊ किवें अपने हाथ तां पिंडे दी जूनी धरदे इह बेबे जे मेरी भैण निक्को दा कोई चक्कर पिंटे ना चला दीए तां विचोलपणा अपने हाथ च आजू फिर आपां अपनी खेड खेड सकदे आं ते जे खेड इन्हां दे हत्थ आ गई अपनी ओ खिदो बनाउणगे चौके छिक्के तो बिना खेडन नहीं देना आपां नूं चाची तू एवें ही डरदी आ कुछ नहीं हुंदा तेरा तां भैणे कंधा कोलियां च मारदा तैनूं तां आपे कुछ नहीं होणा आ भोली वर्गियां नूं पुछ तुसीं डरदियां काहदे हो अगे कहिड़े थोड़े ते फुल बरसाउंदे ने जिन्हें बरात जाणे ना धरो मेरे हत्थे हत्थ सच जेड़े काम आईया सी उता कीता नहीं चलो आ जा चलो चलो ले सोनी है ले भाई आप दा शगर कुड़े मुंडे दा इन्ने दे टेढ़े मेढ़े है बहुआ सोनिया जुड़ गई पानी बापू जी आपां नूं हुण अमन दे रिश्ते लई कोई घर बार देखना चाहिदा आ चलो बाई जी तां हले पढ़दे आ है ना हां सियाणी गल है भविंदर हाँ जी बापू जी देखो वे कोई ठीक ठाक जा कर बहुता मुंह नड़दा होवे ठीक है बापू जी हाय भाभी ने तो मेनू फसाता चल कोई ना कुड़ी तू
तो सानू बरात चल जाने की गल कर दी सी तू घरे बरात सद ली बेबे आता बटन सी आपा बटन दबाया करंट तक ते होर लगू राज दे विच पंजाब हिंदुस्तान दा सब तो खुशहाल हुण समझ आया भाई की होया तेरे नाल की नहीं पता लग्या इने तेरा विआह नहीं होण देना भाई इने जान के अमन दी गल तोरी है बुढ़े नू पता नहीं की गिदड़ सिंगी संगाती झट तैयार हो गया एक बार अमन दा होया नाल ही रमन दा तू ताया बनया लै ऐ किवें बन जूंगा ताया ओए तेनू छड़ा रख के तेरी जमीन नपूगी ऐ किवें नप लोंगे जमीन ओए ओ मैं भी तेरे नाल दा ही आ भाई मैनू भी नहीं नेड़े लगण दिंदी बहुत पैड़ी है यार तेरी भी मेरी भी दोहां दी जमीन नपूगी अच्छा जे तेनू नेड़े ही लगण दिंदी इहदा पुत्त कित्थों आ जूगा जिहड़ी धक्के नाल तेरी जमीन लै सकदी है ओ धक्के नाल मेरे तो पुत्त नहीं लै सकदी ओए थोड़े वाली बीबी ने मेरे नाल आही तां नहीं कीती किते जमीन मारे बर्फ च लाता ओ खर्चा ता है यार इत्थे घोड़ियां नू नहीं मिली जांदी घा ते खच्चर पालदा कड़ा बग्गे यार जाके बापू नाल गल कर ओनू कह पिंटा रेडी है वी पिंटे दा ब्याह कर दो ओहो जरूर सुनदा हुण तेरी पहलां की भज गया सी आयो मेरे रब्बा जदों गिद्दड़ दी मौत आउंदी है गिद्दड़ पिंड वल नू भजदा ते मैं डंगर पिंडों ही भज गया बग्गे कुछ कर बाई यार बच्चू ਹੁਣ ਤੇਰੇ ਜੀਵਨ ਦੇ ਦੀਪਕ ਦਾ ਕੀ ਬਣੂ ਤੂੰ ਹੀ ਮਰਾ ਗਿਆ ਜੀਵਨ ਦਾ ਦੀਪਕ ਯਾਰ ਤੁਸੀਂ ਮੇਰਾ ਲਾਟੂ ਜਾਗਦਾ ਕਰੋ ਬੱਗੇ ਮੈਂ ਨਹੀਂ ਦੇਵਾਂਗਾ ਸਾਰੀ ਉਮਰ ਛੜਾ ਮਰ ਸਕਦਾ ਬਜਣ ਕੇ ਬਾਪੂ ਨਾਲ ਗੱਲ ਕਰ ਲੈ ਜਾ ਕੇ ਯਾਰ ਬਾਈ ਤੂੰ ਲੱਛਣ ਕਰ ਯਾਰ ਐਂਝ ਜਾਦੇ ਵੀ ਤੇਰਾ ਬਾਹਰ ਚੱਕਰ ਚੱਲਦਾ ਕਿਤੇ ਜੇ ਨਾ ਵਿਆਹ ਕੀਤਾ ਤੂੰ ਲੈ ਕੇ ਟੱਪ ਜਾਏਗਾ ਬੁੜੇ ਦੀ ਇੱਜ਼ਤ ਆ ਗਈ ਨਾ ਕੱਲ ਹੀ ਵਿਆਹ ਤੂੰ ਵਾਹ ਬੱਗੇ ਯਾਰ ਸਕੀ ਮਾਤਾ ਜਾਇਆ ਹੀ ਸਕਾ ਹੁੰਦਾ ਬੱਗੇ ਹਾਂ ਬਾਈ ताया तू जे किसे कोले मुंह खोलिया ना आ तेरा टीका है तेरी बखी च बाड़ दूं समझ गया बहुत प्यार करदा हां भज के ओए ओए जे चिट्ठी लिखण नाल ब्याह दी गल बणदी है इक अद्धी मैं भी लिखदा ओ ताया हुण तेनू किते नहीं झांजर वाली मिलदी के तो झांजरा पवा ना लई गल्लां च ला के मेरी उम्र ना टपा जे आ के अपना काम कर ते चल आपां भज के व्याह करवा लईए छड़े जेठ दे लव लेटर में चोरी चोरी पढ़दी छड़े जेठ दे करना की है होना चाची आता बांबा जेड़ा आपा सटना मेरे पेके सौरे ननाना लगदियां ने सफाई नू नाल के किताबां च बड़ियां बैठियां रहंदियां ने लगदियां ने चाची चंगियां ने बेचारियां चाची उधर मारो ना थोड़े जे थल्ले से मार के मार दियां सारे ही मार दियां कुड़े आ कोई काम दा कागज ता नहीं है किया कुड़े दास्ता सही है कि कुछ नहीं कुछ क्यों नहीं दास्ता सही की है बोल हाँ चाची दूजी चिट्ठी है लव वाली हाय नी तेरा पाई जे बेड़ा हाय नी ऐसे पट्टे गए नी व्याह तो हुआ तो हो जा फिर दूजी चिट्ठी मारी ना हो जा फिर दूजी का की हुआ है ने ਉਹ ਨਿੱਕਾ ਵਿਚਾਰੇ ਸੱਚੇ ਪਿੱਠ ਦੇ ਸੀ ਅਸੀਂ ਉਹਦੇ ਇੱਕ ਨਾ ਸੁਣੀ ਹੋਇਆ ਕੀ ਇਹਨੂੰ ਪੁੱਛ ਚਾਚੀ ਮੇਰੀ ਨਹੀਂ ਆ ਨਿੱਕੋ ਦੀ ਚਿੱਠੀ ਆ ਲੱਭ ਮੈਂ ਮਰ ਜਾ ਕੋਈ ਗੁੱਸਾ ਨਾ ਕਰਿਓ ਕਿਸੇ ਨੇ ਰੌਲਾ ਨਹੀਂ ਪਾਉਣਾ ਆਪਾਂ ਬਹਿ ਕੇ ਗੱਲ ਕਰਦੇ ਹਾਂ ਚਿੱਠੀ ਇੱਕ ਹੋਰ ਚਿੱਠੀ पिंटा पिंटा ते मेरा जेठा हाय मैं मर गई चाची इन्होंने जान के विचोला पाया सी व्याह नू जदों पता लग गया भी मैं आ तो भज गया ताई छोटे दा व्याह होया मेरा किड्डी स्कीम बरती है इज्जत रोल के रखती मैं तो कहना पढ़ देने आ पढ़ के खूच सड़ दे आ
की पता लगता है बे थब्बा पठ्या दा तां इत्थों वड्या नहीं जांदा कुड़ी तू जांदा ही वड देगा ढा के स्प्रे पिया दो बीबी आप पौधे वर्गा क्यों बनना है उत्थे ही साग कर दियो दोने पैणा इक्को घर किसे नु की पता लगना नाले अंदरों अंदरी गल नप्पी जाऊंगी ओए ऐ किवें छोटी वड्डे नाल तोड़ दिए आ लोक की कहणगे वड्डे नाल छोटी निकल जांदी फिर ठीक सी पढ़े लिखे बच्चों का फर्क होंगे जाऊंदा रह पुत तू गल इत्थे ही सांभ ली नहीं निको ने तो जड़ पटती सी सानू कातल बनना पैंदा ओ अड नहीं हुण दुष्ट किथे गई है सरपंचा दे नलके तो पीने वाला पानी लैन गई है बीजी कोई नहीं चुप गई है पानी लेना पालकी में होके सवार चली रे मैं तो अपने साजन के द्वार चली रे कोई रोक सके तो रोक ले मैं नाचती चम चम तुसी क्यों सारे में मूलम काई बैठे हो जिमें अदी दूजी चिट्ठी फड़ी गई होवे चिट्ठी मिली आ चुप कर किदा किदा मुंह कुटेंगी हुन तक कर कर थू थू हो इना दी ले लो स्वाद हुन चंगे हो ना मैं नहीं कहंदी सी ए करूगी कारा कोई होर पढ़ा लो इनू अखे बेटी पढ़ेगी बेटी बढ़ेगी बढ़ गई बेटी पुठे रावां ते अगे किदे मुंडे नाल फसी है नी चुप कर जा नी बैर ने क्यों साडे मुंह ते लफेड़े मार दी है दस त्रिश्ता करन चले आ पापा होरी अच्छा मेरे जेठ पिंटे नाल ही करन लग गया गिट्टे तेरे यार दे मैं वड्डे ते क्यों वसूंगी चुड़ैले सारे सुन लो मैं साधनी हो जाऊं किसी पिंटे शिंटे नाल व्याह नहीं कराउंदी एक्टिंग एक्टिंग देख लो ए ता श्रीदेवी तो भी टप्पी पई आ जिन्नी उत्ते आ ओत तो बाद थल्ले आ तुसी गुस्सा ना करियो हां सच कारा तो सारा एने करया सजा मेनू का दी मेरा की कसूर है हाड़े बाले खेखण ना कर तेरा मथा उठे ही डबन लग्या आ जवान नु बाड़े च बाल ले असी गल भी ना करिए इनु सिर ते बाई बैठे हो ओए बेचारी ता प्यार करदी है सानू पर्दे पाउंदी है तू चकदी है नी डैणे केड़े बाबे दा तवीत खोल के प्याता इनां नू हिल्या बैठा सारा टब्बर ये गोल गोल गप्पे चाचा इता सारा टब्बर कठे बैठे हो हैं ऐसे खुशी जी गोल गप्पे हो जाना ओ तू जा यार नहीं खाने किसे ने गोल गप्पे आ जाओ ओ किसे दी कुड़ी निकलन वाली है एहो जी चटपटी खबर अर्गे चटपटे गोल गप्पे है आ जाओ बापू जी आ गल मेरे घर दे तां कहिंदे गोली मार दिओ मैं मसा मनाया भी रिश्तेदारी दी गल आ मम्मी जी तां सुन दे बेहोश हो गया भाई तेरी गल हो रही है बापू दा मुंह देख के लमक के चकदा होर चकदा कम चक चक प्यार झूठा ही सही दुनिया को दिखा दे आ जा नहीं तू किसी और को मिलने के बहाने आ जा नहीं किसी और को मिलने के बहाने आ जा ओए पुत्ता सही कहने सी तेरे घर दे बापू जी सारे गोली मार देंगे पैजा पैजा ना बापू जी ऐ ना करियो मेरी भैन की जिंदगी रोल जूगी
ਇਹਦੇ ਬਿਨਾ ਹੋਰ ਕੌਣ ਵਿਆਹ ਕਰਾਉ ਮੇਰੀ ਭੈਣ ਦੇ ਨਾਲ? ਨਾ ਬਾਪੂ ਜੀ, ਤੇਰੀ ਭੈਣ ਦੀ ਵੀ ਹੈ, ਦੋਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਦੋਹਾਂ ਨੇ ਰਲ ਕੇ ਜਿਤਰੋਲੀਆ ਕਰਦੀ। ਬਾਪੂ ਜੀ, ਕੀ ਗਲਤੀ ਹੈ? ਬੁੜੀ ਦੇ ਕੀ ਬਸ ਹੈ ਜੀ? ਬੁੜੀ ਤਾਂ ਬੰਦੇ ਦੇ ਪੈਰ ਦੀ ਜੁੱਤੀ ਹੈ, ਜਿਹੜਾ ਕੋਈ ਮਰਜ਼ੀ ਤੁਰਦਾ ਫਿਰਦਾ ਪਾ ਲੇ, ਜੁੱਤੀ ਵਿਚਾਰੀ ਕਿੱਥੇ ਭੱਜੇ? ਬੁੜੀ ਤਾਂ ਗੁਆਚੀ ਹੋਈ ਜਵਾਨੀ ਹੈ, ਜਿਹੜਾ ਕੋਈ ਮਰਜ਼ੀ ਚੱਕ ਕੇ ਜੇਬ ਚ ਪਾ ਲੇ। ਬੁੜੀ ਤਾਂ ਤੂੜੀ ਦਾ ਰੁੱਗ ਹੈ, ਘੋੜਾ ਚੱਬ ਜੇ ਜਾਂ ਹਵਾ ਉਡਾ ਕੇ ਲੈ ਜੀ। ਬੁੜੀ ਤਾਂ ਜਲੇਬੀ ਹੈ, ਅੰਦਰ ਬੜੂ ਤੇ ਜੂਹਾ ਕੁਤਰ ਜੂ, ਬਾਹਰ ਨਿਕਲੂ ਤਾਂ ਕਾਂ ਲੈ ਜੂ। ਪਿਆਰ ਕਰਨੇ ਵਾਲਾ ਤੂੰ ਮਰ ਜਾਏਗਾ ਮੇਰੇ ਹੱਥੋਂ ਅੱਜ ਕੁੱਤਿਆ। ਕੋਈ ਨੀ ਭਾਣੇ, ਮੇਰੇ ਕਰਮਾਂ ਦਾ ਨਾਲੇ ਬਾਪੂ ਜੀ, ਜਿਹੜਾ ਦਰਦ ਆਪਦੇ ਪੋਤੇ ਨੂੰ ਮਾਰੂ ਉਹਨਾਂ ਦੀਆਂ ਕੁੜੀਆਂ ਨੂੰ ਖੋਲ ਲਊਗਾ। ਬਾਪੂ ਜੀ, ਬਾਪੂ ਜੀ, ਬਾਪੂ ਜੀ, ਮੈਂ ਕਿੱਥੇ ਸਾਂਭ ਕੇ ਰੱਖੂਗੀ ਇਹਨਾਂ ਚਾਰਾਂ ਨੂੰ? ਬਾਪੂ ਜੀ ਬਖਸ਼ ਦਿਓ, ਬਖਸ਼ ਦਿਓ, ਬਾਪੂ ਜੀ ਬਖਸ਼ ਦਿਓ। ਤੂੰ ਨਾ ਮਰ ਜੀ ਮੈਥੋਂ, ਆਜ ਫਿਰ ਆਜ ਆਜ ਆਜ। ਚਲੋ ਦਫਾ ਕਰੋ, ਜਾ ਕੇ ਕੁੜੀ ਦੀ ਝੋਲੀ ਪਤਾਸੇ ਪਾਇਆ ਹੋ। ਰੱਬ ਤੇਰੀਆਂ ਲੰਬੀਆਂ ਉਮਰਾਂ ਕਰੇ। ਹਾਂਜੀ, ਜਿਉਂਦੇ ਰਹੋ ਬਾਪੂ ਜੀ। ਚੰਗਾ ਵੀ ਤਾਇਆ, ਮੇਰਾ ਤਾਂ ਹੋ ਗਿਆ ਹਿੱਡਾ। ਆਪਾਂ ਤੇਰੀ ਬਰਾਦਰੀ ਚੋਂ ਬਾਹਰ, ਯੱਟ ਚੱਲਿਆ ਥੱਲੇ। ਓਕੇ ਬਾਈ। ਉਹ ਪਰ ਬਹੂ ਦਾ ਤਾਂ ਤੂੰ ਜੇਠ ਲੱਗਦਾ। ਨਾ ਜੀ ਨਾ, ਜੀਜਾ ਸਾਲੀ ਬਣ ਗਈ ਮੈਡਮ ਹੁਣ ਮੇਰੀ, ਨਾਲੇ ਆ ਜੀਵਨ ਦਾ ਦੀਪਕ, ਤੈਨੂੰ ਮੁਬਾਰਕ। ਯੱਟ ਦੇ ਚਵਾਰੇ ਤੇ ਦਾ ਲਾਟੂ ਜਗਿਆ ਲੈ। ਨਾਲੇ ਚਵਾਰੇ ਤੋਂ ਯਾਦ ਆਇਆ, ਉਹ ਵਾਲਾ ਚਵਾਰਾ ਤਾਂ ਬੱਗੇ ਦਾ, ਮੇਰੇ ਹਿੱਸੇ ਦਾ ਆਲਾ ਚਵਾਰਾ ਆਊਗਾ। ਤੇ ਮੈਂ? ਤੂੰ ਆਪਦਾ ਜੁੱਲੀ ਬਿਸਤਰਾ ਚੱਕ ਤੇ ਦਰਵਾਜ਼ੇ ਵਾਲੀ ਬੈਠਕ ਚ ਹੋ ਜਾ। ਹੈਂ, ਸਤਿ ਸ੍ਰੀ ਅਕਾਲ। ਆ ਜਮਾਂ ਹੀ ਬਾਹਰ ਕੱਢ ਦੋ, ਦਰਵਾਜ਼ੇ ਬਿਠਾ ਦੋ ਦਰਵਾਜ਼ੇ। ਲਿਆ ਕੁੜੇ, ਮਾਸੀ ਖੀਰ ਲੈ ਕੇ ਜਾ, ਆਪਾਂ ਬਰਾਤ ਜਾਣਾ ਆ। ਨਾਲੇ ਪੰਮੀ ਭੈਣ ਨੂੰ ਕਹਿ ਦੇ ਵੀ ਖਿੱਚ ਲਾ ਤਿਆਰੀ। ਉਹ ਕਿਵੇਂ ਆ ਸਾਲੀਏ, ਮੈਨੂੰ ਵੀ ਖਵਾ ਦੇ ਖੀਰ। ਤੁਸੀਂ ਖਾਓ ਜੀਜਾ ਜੀ, ਮਾਸੀ ਨੂੰ ਤਾਂ ਮੈਂ ਹੋਰ ਪਾ ਦੂੰ। ਥੈਂਕ ਯੂ। ਤੈਨੂੰ ਤਾਂ ਮੈਂ ਇਸੇ ਖੀਰ ਨਾਲ ਮਾਲਪੁੜੇ ਖਵਾਉਂ। ਆ ਜਾਣ ਦੇ ਕੇਰਾ ਨਿੱਕੋ ਨੂੰ। ਉਹ ਦੇਖੋ, ਓਏ ਤੇਜੀ, ਓਏ ਆਇਆ, ਉੱਤੇ ਚੱਲ ਗਏ। ਚੱਲ ਘਰ ਦੇ ਮੈਨੂੰ ਖੂਹ ਚ ਧੱਕਾ ਦੇ ਰਿਹਾ, ਕੋਈ ਮੇਰੇ ਨਾਲ ਸਿੱਧੇ ਮੂੰਹ ਗੱਲ ਕਰਕੇ ਰਾਜੀ ਨਹੀਂ। ਨਾ ਤੁਹਾਡੇ ਕਿਹੜੇ ਮੈਂ ਬਰਥੇ ਖਾ ਗਈ ਜਿਹੜੇ ਤੁਸੀਂ ਮੇਰੇ ਨਾਲ ਨਹੀਂ ਬੋਲਦੇ? ਮੁੱਛ ਨਹੀਂ ਵੀ ਕਰਤੀ ਸਾਡੀ ਤੂੰ, ਜਿਉਂਦੇ ਜੀ ਮਾਰਤਾ ਤੂੰ ਸਾਨੂੰ। ਧੱਕਾ ਮੇਰੇ ਨਾਲ ਹੋ ਰਿਹਾ, ਜਿਉਂਦੇ ਜੀ ਤੁਸੀਂ ਮਰ ਗਏ। ਹੈ ਧੱਕਾ ਕਾਹਦਾ, ਬਾਲੀ ਸਿਆਣੀ ਨਾਵਣ, ਤੇਰੀ ਆਪਦੀ ਗਾਟੀ ਹੈ ਰਾਣੀ ਭੈਣ ਦੇ ਜੇਠ ਨਾਲ। ਮੈਂ ਕੰਨ ਦੀ ਜੜ ਤੇ ਮਾਰ ਕੇ ਮਾਮੇ ਕਾ ਪਿੰਡ ਦਿਖਾ ਦੂੰਗੀ। ਕਿਹਨੇ ਕਿਹਾ ਮੇਰੀ ਗਾਟੀ ਹੈ? ਚਿੱਠੀਆਂ ਫੜੀਆਂ ਗਈਆਂ ਤੇਰੀਆਂ, ਦੂਜੀਆਂ ਰਾਣੀ ਭੈਣ ਦੇ ਜੇਠ ਨਾਲ। ਮੇਰੀਆਂ? ਸੱਚੀ? ਆ ਚਿੱਠੀਆਂ ਫੜੀਆਂ ਕਿਨੇ? ਰਾਣੀ ਭੈਣ ਨੇ। ਰਾਣੀ ਦੇ ਜੇਠ ਦੀਆਂ ਚਿੱਠੀਆਂ ਤੇ ਫੜੀਆਂ ਵੀ ਰਾਣੀ ਨੇ, ਹੈ? ਸਮਝਦੇ ਹੋ ਤੁਸੀਂ? ਉੱਠ ਜੀ, ਖੇਡਾਂ ਖੇਡਦੀਆਂ ਮੇਰੇ ਨਾਲ, ਹੈ? ਨਾ ਤੈਨੂੰ ਮਾਮੇ ਕਾ ਪਿੰਡ ਯਾਦ ਕਰਾਤਾ, ਨਾ ਡਾਂਗ ਜੀਏ, ਮੇਰਾ ਨਾਂ ਵੀ ਨਿੱਕੋ ਨੀ। ਨਾਲੇ ਮੈਂ ਨੀ ਮੁੱਛਾਂ ਨਹੀਂ ਵਿਆਹਣ ਦਿੰਦੀ ਮੇਰੇ ਵੀਰਾਂ ਦੀਆਂ। ਆਖ ਖੜੀਆਂ ਕਰਕੇ ਰੱਖਿਆ ਕਰੋ ਤੁਸੀਂ। ਤੁਸੀਂ ਬਸ ਇੱਕ ਕੰਮ ਕਰਨਾ ਮੇਰਾ, ਤੇ ਵਾਲੀਆਂ ਵੇਚ ਕੇ ਗੱਟਾ ਭਰ ਕੇ ਟੋਫੇ ਲਿਆ ਕੇ ਦਊਂ ਤੁਹਾਨੂੰ। ਆਜਾ ਆਜਾ, ਲੁਕ ਜਾ ਰਜਾਈ ਚ, ਠੰਡ ਹੈ। ਬੀਬੀ, ਚਿੱਠੀ ਮਿਲੀ ਹੈ ਬਿਸਤਰੇ ਚ। ਚਿੱਠੀ? ਤਾਇਆ, ਆ ਖੂਹੀ ਚਿੱਟਾਂ ਚ ਫਸੀ ਪਈ ਸੀ ਚਿੱਠੀ। ਪਿੰਡੇ ਮਰ ਜਾਣੇ ਦੀ ਹੋਣੀ ਹੈ, ਖੌਰੇ ਕਦੋਂ ਦਾ ਲੱਗਿਆ ਨੀਹਾਂ ਚ ਪਾਣੀ ਪਾਉਣ।
नहीं बीबी ये तो कोई बिंदर दिया ते मेरे वाली मानते दी है खुई च बह के सारी पढ़ ली मैं तू क्यों पढ़ी ओए चिट्ठी पढ़ने वाली किताबें तेरे तो पढ़िया नहीं जांदियां पापा ए किसी सेवक दी चिट्ठी आ मेरे बूटा च पई सी नौ की दी है निको भैन दे सोढ़ियां नींदा उड़ा के कि मैं सुती पई आ महारानी चंद चाड़ के ना करना कल मिलूंगी पक्का कंध टप के आ जाऊंगी हां मैं आ जाऊंगी कंध टप के हैं कर दे नु गोली पा दूं कुट के दाल च जिड़ तू दित्ती सी रानी नु फोन मारो भाई ए ता दुष्ट अपने मुंह ते काल समा सुलूगी आहो बीबी डाकू बना गया अप्पा खड़ जा ओए हां तेरी निकलन फिर दिया बनना तू बड़ा डाकू आ हाल है दा कल नू तेनू अलांबियां नू थां बनो एक बंदे दी चिट्ठी आई है पांच सत बड़े पए ने सानू तां समझ नहीं आउंदी किथे कमी रहेगी साडे तो क्यों बदनाम कर दियो जी चार ने पांच सत क्यों कही जाने हो नी दुख देणगे चार नाल केड़ा कलंगी लग जांदी दूजी चिट्ठी तां इक भी माड़ी है मैं तां कहना मार दिंदे आ ओ है किथे उत्ते चबारे च ताड़ के रखी है नींच कहंदी सी सारे टब्बर नू दाल च गोलियां पा के दे दो असी ता डर दे मारे भाई किसे कम धंधे भी लगन नहीं दिंदे हैलो कुड़े जंगीरा वेड़े च बैठा बुढ़े कोल भौंक रहा है भी तीन चार मुंडिया दी होर भी चिट्ठियां पड़ियां गईयां जंगीर नू किवें पता लग्या जंगीर दे घरे कौन गया सी पता नहीं चाची निको नु अपनी खेड बारे पता लग गया जान के कीता उन्हें सब हाय हाय इत्थे मैं सांभदी हां तुसी उधर सांभो ते पिंटे भाई नु पता नहीं लगना चाहिदा जे आ रिश्ता सिरे ना ना चढ़िया अपने तो ते मुंह ऐ ही रह जाने आ चपेड़े खान नु ठीक है मैं देखदी हां समझ गया बाबा तुम मैं समझाउणा जा बीबी तू बुढ़े नू सांभ मैं छलारू नू सांभदी हां एड्डी छेती हार नहीं मन सकदी आपां हाय बीबी जे मैं बिना मीट खाते मर गई ना अगले जन्म छलका कुत्ता बन के आऊंगी फिर गलियां च बढ़ती फिर लोकां नू मेरी आत्मा दी शांति वास्ते एक बारी खड़ी हो जा बीबी बन के उठ ओहो धन भाग अज कीड़े घरे न रहण आए ने आओ जी आओ आओ ਹੁਣ ਦੱਸ ਵਿਚੋਲਣੇ ਮੇਰੇ ਕਿਹੜੇ ਆਸ਼ਕ ਨਾਲ ਕਰਾਏਂਗੀ ਮੇਰਾ ਵਿਆਹ ਸਹੁਰੇ ਘਰ ਵਧੀਆ ਨੇ ਤਾਂ ਰਿਸ਼ਤਾ ਕਰਾ ਰਹੀ ਆ ਮੁੰਡਾ ਵੀ ਚੰਗਾ ਆ ਮੇਰੇ ਵਾਲੇ ਨਾਲੋਂ ਕਿਤੇ ਵੱਧ ਪੜਿਆ ਨੌਕਰੀ ਵੀ ਲੱਗ ਜੂਗੀ ਤੁਸੀਂ ਦੋਨੇ ਸ਼ਹਿਰ ਰਹਿ ਲਿਓ ਤੇ ਸਾਡੇ ਜਵਾਕ ਵੀ ਸ਼ਹਿਰ ਪੜ ਜਾਣਗੇ ਹੈਨਾ ਚੂਰਨ ਨਾ ਮੈਂ ਆਪ ਚੱਟ ਰਹੀ ਆ ਤੂੰ ਨਾ ਮੈਨੂੰ ਛਡਾ ਐਡੀ ਤੂੰ ਮੇਰਾ ਭਲਾ ਸੋਚਣ ਵਾਲੀ ਵਿਚਲੀ ਗੱਲ ਦੱਸ ਕੀ ਹੈ ਚਾਚੀ ਮੈਂ ਨਹੀਂ ਵਿਆਹ ਕਰਾਉਂਦਾ ਸਾਂਝੀ ਬਿੱਲੀ ਨਾਲ ਫੇਰ ਤਾਂ ਪੋਚਾ ਅਕਲ ਤੇ ਹੈ ਵੇ ਪੁੱਤ ਤੂੰ ਪੜਿਆ ਲਿਖਿਆ ਆ ਗਿਆ ਸੰਪੜ ਦੀਆਂ ਗੱਲਾਂ 'ਚ ਵਿਆਹ ਤੋਂ ਪਹਿਲਾਂ ਅੱਡ ਜ਼ਿੰਦਗੀ ਹੁੰਦੀ ਆ ਸਭ ਦੀ ਹੁੰਦੀ ਆ ਹੁਣ ਤੂੰ ਸੌਂ ਖਾ ਆਪਦੀ ਬੀਬੀ ਦੀ ਹੁਣ ਤੂੰ ਨਹੀਂ ਡੱਬੂ ਕੁੱਤੇ ਵਾਂਗੂ ਲਾਲਾ ਸਿਰਦਾ ਫਿਰਦਾ ਕੁੜੀਆਂ ਤੇ ਕਾਲਜ 'ਚ ਪਰ ਮੈਨੂੰ ਇਹਦੇ ਕੋਈ ਚਿੱਠੀਆਂ ਥੋੜੀ ਆਉਂਦੀਆਂ ਨੇ ਵੇ ਉਹੀ ਤਾਂ ਤੈਨੂੰ ਸਮਝਾਉਣੀ ਆ ਵੇ ਸੋਹਣਿਆ ਪੁੱਤਾ ਤੈਥੋਂ ਆਪ ਤਾਂ ਕੋਈ ਫਸਾਈ ਨਾ ਗਈ ਜੇ ਥਾਲੀ ਚ ਪਈ ਰੋਟੀ ਤੇ ਲੱਤ ਮਾਰੇਗਾ ਨਾ ਤਾਂ ਭੁੱਖਾ ਮਰੇਗਾ ਬਾਈ ਜੀ ਵਾਂਗੂ
ਤੇਜੀ ਚਿੱਠੀਆਂ ਲਿਖਣ ਵਾਲੇ ਮਗਰ ਆ ਗਏ ਫਿਰ ਮੈਂ ਕੀ ਕਰੂੰਗਾ ਤੇ ਮਗਰ ਕੌਣ ਆਉਂਦਾ ਕਮਲਿਆ ਉਹ ਤਾਂ ਉੱਥੇ ਹੀ ਰਹਿ ਜਾਣਗੇ ਦਾਰੂ ਦੂਰ ਪੀ ਕੇ ਰਣਜੀਤ ਮਣੀ ਸੁਣ ਜੋਗੇ ਉਹ ਚਾਚੀ ਗੱਲ ਪਤਾ ਕੀ ਤੈਨੂੰ ਇੱਜ਼ਤ ਰਾਸ ਨਹੀਂ ਆਉਂਦੀ ਕੋੜ ਕਰ ਲਿਆ ਜਾ ਹੈ ਤਿੱਤਰ ਹੋ ਜਾ ਇੱਥੋਂ ਨਾ ਤੈਨੂੰ ਕੀ ਲੋੜ ਪੈਗੀ ਸਾਡੇ ਘਰ ਦੀ ਗੱਲ ਚ ਬੋਲਣ ਦੀ ਮਾਰ ਕੇ ਧੱਕਾ ਥੱਲੇ ਸਿਰ ਤੂੰ ਪਲੇਗ ਪੈਣੇ ਨੂੰ ਮੈਂ ਨਹੀਂ ਤੁਹਾਡੀਆਂ ਗੱਲਾਂ ਚ ਆਉਂਦਾ ਚਾਚੀ ਹੁਣ ਮੈਂ ਨਹੀਂ ਬਣਦਾ ਉੱਲੂ ਫਿਰ ਧੱਕੇ ਖਾ ਬਾਈ ਜੀ ਇਹਨੂੰ ਵੀ ਸਿਖਾ ਦਿਓ ਕਲਫ ਲਾਉਣੀ ਆ ਕੀ ਗੱਲ ਹੋਈ ਵਿਆਹ ਤੋਂ ਪਹਿਲਾਂ ਸਾਰਿਆਂ ਦੀ ਜ਼ਿੰਦਗੀ ਹੁੰਦੀ ਹੈ ਐਡੀ ਕੋਈ ਗੱਲ ਨਹੀਂ ਪਿਛਲਾ ਪਿੱਛੇ ਰਹਿ ਜਾਂਦਾ ਉਹਨੂੰ ਮਾਰ ਗੋਲੀ ਤੂੰ ਆਪਦੀ ਦੱਸ ਵਿਆਹ ਤੋਂ ਪਹਿਲਾਂ ਤੇਰੀ ਤਾਂ ਨਹੀਂ ਸੀ ਕੋਈ ਜ਼ਿੰਦਗੀ ਜਿਹੜੀ ਵਾਲੀਆਂ ਉਹਦੀਆਂ ਸਫਾਈਆਂ ਜਿਹੀਆਂ ਦੀ ਜਾਂਦੀਆਂ ਇੱਕ ਮਾਂ ਮੁੰਡਾ ਜੰਮਦੀ ਆ ਉਹਨੂੰ ਆਪਣੇ ਬੱਚੇ ਦੀ ਬਰਾਤ ਨਹੀਂ ਜਾਣ ਦਿੰਦੇ ਆ ਹੱਕ ਲੈਣਾ ਸੀ ਬਹੁਤ ਕੁਛ ਕੀਤਾ ਨਿੱਕੋ ਹੁਣ ਤੈਨੂੰ ਤੇ ਮੁੰਡੇ ਨੂੰ ਬਦਨਾਮ ਕਰਕੇ ਆਪ ਵਿਚੋਲਨ ਬਣ ਕੇ ਦੋਨੇ ਪਾਸੇ ਝੂਠ ਬੋਲਣਾ ਇੱਧਰ ਕਹਿਣਾ ਵੀ ਉਹ ਕਹਿੰਦੇ ਆ ਉੱਧਰ ਕਹਿਣਾ ਵੀ ਇਹ ਕਹਿੰਦੇ ਆ ਵੀ ਬੁੜੀਆਂ ਬਰਾਤ ਆਉਣਗੀਆਂ ਕਿੱਡੀ ਝੂਠੀਆਂ ਤੂੰ ਹਾਂ ਹੈ ਝੂਠੀ ਸੌ ਝੂਠ ਬੋਲੂੰਗੀ ਸਾਡਾ ਹੱਕ ਆ ਤੈਨੂੰ ਰੱਬ ਦਾ ਵਾਸਤਾ ਆ ਨਿੱਕੋ ਸਾਡੇ ਨਾਲ ਆ ਜਾ ਇਸ ਲੜਾਈ 'ਚ ਜਿੱਦਣ ਮਾਂ ਬਣੇਗੀ ਨਾ ਉਦਣ ਦੁੱਖ ਸਮਝੇਗੀ ਹੋਰ ਤਾਂ ਹੋਰ ਸਾਨੂੰ ਤਾਂ ਮਠਿਆਈ ਵੀ ਨਹੀਂ ਮਿਲਦੀ ਜੇ ਉਹਨਾਂ ਤੋਂ ਬਾਅਦ ਬਚ ਗਈ ਤਾਂ ਕਿਸਮਤ ਨਹੀਂ ਤਾਂ ਨਾ ਸਹੀ ਤੈਨੂੰ ਕੀ ਪਤਾ ਮੈਨੂੰ ਨਹੀਂ ਪਤਾ ਮੈਨੂੰ ਸਭ ਪਤਾ ਹੈ ਮੈਂ ਕਦੇ ਗੁਲਾਬ ਜਾਮਣ ਖਾ ਕੇ ਨਹੀਂ ਵੇਖੀ ਪਰ ਇੱਕ ਮਿੰਟ ਜੇ ਮੈਂ ਤੁਹਾਡਾ ਸਾਥ ਦਿੱਤਾ ਤਾਂ ਮੈਨੂੰ ਗੁਲਾਬ ਜਾਮਣ ਮਿਲੂਗੀ ਜ਼ਰੂਰ ਮਿਲੂਗੀ ਜੇ ਬਰਾਤ ਜਾਵਾਂਗੇ ਤਾਂ ਸਭ ਕੁਛ ਮਿਲੂਗਾ ਤੈਨੂੰ ਜ਼ਰੂਰ ਮਿਲੂਗਾ ਹੋਰ ਕਿਸੇ ਨੂੰ ਮਿਲੇ ਨਾ ਮਿਲੇ ਇਹ ਮੇਰਾ ਵਾਅਦਾ ਹੈ ਤੁਸੀਂ ਸਾਰੀਆਂ ਬਰਾਤਾਂ ਆਉਂਗੀਆਂ ਪਰ ਪਹਿਲਾਂ ਪੱਕਾ ਕਰ ਵੀ ਤੂੰ ਮੈਨੂੰ ਪਲੇਟ 'ਚ ਪਾ ਕੇ ਗੁਲਾਬ ਜਾਮਣ ਦੇਵੇਂਗੀ ਦੇਵਾਂਗੀ ਹਾਏ ਮੈਂ ਆਪਦੇ ਵਿਆਹ 'ਚ ਗੁਲਾਬ ਜਾਮਣ ਖਾਊਂਗੀ ਮੈਂ ਆਪ ਲਿਆ ਕੇ ਦੇਵਾਂਗੀ ਨਾਲੇ ਪਿੰਟਾ ਸੱਚੀ ਬਹੁਤ ਚੰਗਾ ਮੁੰਡਾ ਆ ਮੁੰਡੇ ਦਾ ਤਾਂ ਕੋਈ ਨਹੀਂ ਉਹ ਨਾ ਵੀ ਚੰਗਾ ਹੋਇਆ ਉਹ ਮੈਂ ਆਪੇ ਟਕਾ ਲੂੰਗੀ ਪਰ ਜੇ ਤੂੰ ਮੈਨੂੰ ਗੁਲਾਬ ਜਾਮਣ ਨਾ ਲਿਆ ਕੇ ਦਿੱਤੀ ਨਾ ਡਾਂਗ ਜੀਏ ਮੈਂ ਤੇਰੇ ਢਿੱਲੇ ਕੱਢ ਕੇ ਖਾ ਜੂੰ ਚੰਗਾ ਪਿੰਟੇ ਨੂੰ ਮਾੜਾ ਜਿਹਾ ਫੋਨ ਤੇ ਟਕਾ ਦੇ ਚੱਲ ਹੈਲੋ ਜੇ ਤੂੰ ਵਿਆਹ ਕਰਾਉਣ ਲਈ ਚਿੱਠੀਆਂ ਲਿਖ ਸਕਦਾ ਤੇ ਮੈਂ ਵਿਆਹ ਤੁੜਾਉਣ ਲਈ ਨਹੀਂ ਲਿਖ ਸਕਦੀ ਮੈਨੂੰ ਤਾਂ ਹੁਣ ਭੈਣ ਨੇ ਦੱਸਿਆ ਵੀ ਮੁੰਡਾ ਚੰਗਾ ਹੈ ਮੈਂ ਤਾਂ ਮੰਨ ਗਈ ਮੇਰਾ ਤਾਂ ਸੇਵਕ ਬਿੰਦਰ ਮਿੰਟਾ ਸਭ ਤੂੰ ਹੀ ਆ ਚੱਲ ਹੁਣ ਬਾਅਦ ਚ ਗੱਲ ਕਰਦੇ ਆਂ ਜੇ ਸਾਰੀ ਗੱਲ ਹੁਣ ਕਰ ਲਈ ਤਾਂ ਵਿਆਹ ਤੋਂ ਬਾਅਦ ਚ ਕੀ ਕਰਾਂਗੇ ਠੀਕ ਹੈ ਜੀ ਨਾਈਸ ਟੂ ਟਾਕ ਟੂ ਯੂ ਤੇਰਾ ਜੇਠ ਨੀ ਤਾਂ ਮੈਂ ਤੇਰੀ ਜਠਾਣੀ ਲੱਗੀ ਫਿਰ ਚੱਲੂਗੀ ਤਾਂ ਮੇਰੀ ਨਹੀਂ ਉਹ ਕੁਛ ਵੀ ਨੀ ਬਾਪੂ ਜੀ ਉਹ ਤਾਂ ਬਸ ਐਵੇਂ ਬਾਈ ਦੀਆਂ ਸੀ ਸਾਰੀਆਂ ਚਿੱਠੀਆਂ ਨਾਮ ਬਦਲ ਬਦਲ ਲਿਖਦਾ ਸੀ ਓਏ ਉਹਦੀ ਕੀ ਲੋੜ ਪੈ ਗਈ ਸੀ ਫੜੇ ਨਾ ਕੁਛ ਨੀ ਬਾਪੂ ਜੀ ਕੁਛ ਨੀ ਅੱਜ ਕੱਲ ਦੇ ਮੁੰਡੇ ਕੁੜੀਆਂ ਰੋਲ ਪਲੇ ਕਰਦੇ ਆ ਕੀ ਪਲੇ ਰੋਲ ਜਿਵੇਂ ਬਾਪੂ ਜੀ ਅੱਜ ਕੱਲ ਦੇ ਮੁੰਡੇ ਨਾ ਲਾਰਡ ਚਾਪ ਦੇ ਅੱਡ ਅੱਡ ਨਾਮ ਰੱਖ ਲੈਂਦੇ ਨੇ ਜਿਵੇਂ ਮੁਰਗਾ ਬੱਕਰਾ ਮੱਛੀ ਹੈ ਬਾਪੂ ਜੀ ਜੋ ਮਰਜ਼ੀ ਬਣਾ ਲਓ ਕਹਾਂਗੇ ਤਾਂ ਮੀਟ ਹੀ ਨਾ ਹੈ ਆਈ ਆਪਣਾ ਪਿੰਟਾ ਮੀਟ ਹੈ ਮੁਰਗਾ ਮੱਛੀ ਬੱਕਰਾ ਤਿੱਤਰ ਸਭ ਆਪਣੇ ਪਿੰਟੇ ਦੇ ਨਾਮ ਨੇ ਉਹ ਪਰ ਸਵਾਦ ਤਾਂ ਅੱਡ ਅੱਡ ਹੁੰਦੇ ਨੇ ਨਾ ਹਾਂ ਆ ਗੱਲ ਬਾਲੀ
सियानी की बापू जी तुसी। आई बापू जी अजकल दे मुंडे कुड़िया ना अड अड नावा चो अड अड स्वाद पाल देने। हुण आई बेबे जी बापू जी प्यार नाल थोड़े अड अड नाव लेके थोनू बुलाउंदे नहीं हुंदे जे मैं रुड़ जाना दुष्ट नी मेरे सिर दा साईं। ए बापू जी मो प्यार नाल कहंदे हुंदे आ। चलो ठीक है आए करो भाई ए कम नबेड़ो निबड़िया ही चंगा हुंदा। ठीक है बापू जी। ਇਹ ਥੱਲੇ ਆ ਕੇ ਫਿਰ ਭਈਆਂ ਦੇ ਚੋਲਾਂ ਵਾਂਗੂ ਇਕੱਠੇ ਹੋ ਗਏ। ਚਾਰ ਚਾਰ ਮੁੰਡਿਆਂ ਨਾਲ ਚਿੱਠੀਆਂ ਫੜੀਆਂ ਗਈਆਂ ਫਿਰ ਵੀ ਵਿਆਹ ਨੂੰ ਤਿਆਰ ਹੋ ਗਿਆ ਬਾਬਾ। ਕਰੀ ਕੀ ਜਾਂਦੇ ਆ ਇਹ, ਕੋਈ ਤਾਂ ਵਿਚਲੀ ਗੱਲ ਹੈਗੀ ਆ। ਲੈ ਫੜ ਕੁੜੇ, ਸਾਡੇ ਤਾਂ ਭਾਈ ਬੰਦੇ ਨਹੀਂ ਮੰਨਦੇ, ਕਹਿੰਦੇ ਚੁੰਨੀ ਚੰਨੀ ਚੜਾ ਕੇ ਲੈ ਆਓ, ਇਹੋ ਜਿਹੀ ਕੁੜੀ ਦੀ ਬਰਾਤ ਕੌਣ ਜਾਊਗਾ। ਨਾ ਬੇਬੇ, ਸਾਡੀ ਤਾਂ ਬੇਇੱਜ਼ਤੀ ਆ, ਲੋਕਾਂ ਨੇ ਕੀ ਕਹਿਣਾ ਆ, ਉਹਨਾਂ ਨੇ ਕਹਿਣਾ ਵੀ ਇਹਨਾਂ ਦਾ ਕੋਈ ਰੌਲਾ ਆ, ਮੇਰੇ ਤਾਂ ਪਿਓ ਚਾਚੇ ਦੀ ਇੱਜ਼ਤ ਰੋਲ ਜੂਗੀ। ਹੋਰ ਹੁਣ ਬੰਦੇ ਕਹਿੰਦੇ ਇੰਨੀ ਤੇਜ਼ ਕੁੜੀ ਹੈ, ਬਰਾਤ ਆਉਣ ਦਾ ਰਿਸਕ ਕੌਣ ਲਊ, ਇਹਦਾ ਕੀ ਪਤਾ ਕੇਸ ਪਵਾ ਦੇ ਬਰਾਤੀਆਂ ਤੇ। ਮੁੰਡੇ ਦਾ ਵੀ ਉਨੀ ਕਸੂਰ ਹੈ, ਹੋਰ ਕੀ, ਕੱਲੀ ਸਾਡੀ ਕੁੜੀ ਦਾ ਤਾਂ ਨੀ। ਉਹੀ ਤਾਂ ਹੈ ਭੈਣ ਜੀ, ਬੰਦੇ ਕਹਿੰਦੇ ਮੁੰਡੇ ਖੁੰਡ ਨੀ ਲੈ ਕੇ ਜਾਣੇ ਬਰਾਤ ਚ, ਜਵਾਨ ਖੂਨ ਹੈ ਇੱਕ ਦੂਜੇ ਦੇ ਮੱਥੇ ਨੀ ਲਾਉਣਾ, ਹੋਰ ਕੋਈ ਨਵਾਂ ਕਾਰਾ ਕਰ ਦੇਣ। ਐਨਾ ਕਹੋ ਬੇਬੇ, ਤੁਸੀਂ ਭਾਵੇਂ ਬਰਾਤ ਚ ਅੱਧੀਆਂ ਬੁੜੀਆਂ ਲੈ ਆਓ, ਜਦੋਂ ਨਾਲ ਮਾਵਾਂ ਭੈਣਾਂ ਹੋਣਗੀਆਂ ਫਿਰ ਕਾਹਦਾ ਡਰ ਆ। ਬਰਾਤ ਚ ਬੁੜੀਆਂ ਦਾ ਕੀ ਕੰਮ ਹੈ, ਐ ਨਹੀਂ ਹੁੰਦਾ ਸਮਾਜ ਚ, ਇਹ ਕੰਮ ਤਾਂ ਸਮਾਜ ਦੇ ਉਲਟ ਹੋ ਜੂਗਾ। ਦੇਖੋ ਜੀ, ਅਸੀਂ ਤਾਂ ਤੁਹਾਡੇ ਘਰ ਦੀ ਇੱਜ਼ਤ ਬਾਰੇ ਸੋਚਦੇ ਹਾਂ, ਤੁਹਾਨੂੰ ਸਮਾਜ ਦੀ ਪਈ ਹੈ। ਇਹ ਵੀ ਠੀਕ ਹੈ, ਚੱਲ ਤੁਸੀਂ ਸਮਾਜ ਦਾ ਸੋਚੋ, ਪਰ ਏਡੀ ਛੱਟੀ ਬਈ ਕੁੜੀ, ਚਾਰ ਕੋਹਾਂ ਤਾਂ ਮੁੰਡਾ ਪੱਟ ਕੇ ਲੈ ਗਈ, ਹੈਂ, ਇਹ ਗੜਕ ਜੀ ਨੂੰ ਕੱਲ ਨੂੰ ਹੱਥ ਕੌਣ ਪਾਊ। ਆਟੇ ਦੀ ਕੁੱਟੀ ਨੂੰ ਸਮਝਾ ਲਾ, ਮੈਂ ਥੰਤੀ ਵੱਟ ਕੇ ਮਾਮੇ ਕਪਿੰਡ ਯਾਦ ਕਰਾ ਦੂੰਗੀ। ਬਾਪੂ ਜੀ, ਆਪਾਂ ਕੀ ਲੈਣਾ ਹੈ ਸਮਾਜ ਤੋਂ, ਅਸੀਂ ਆਪਣਾ ਘਰ ਵੇਖੀਏ। ਬੇਬੇ ਮਿੰਤੀ ਆ, ਤੁਸੀਂ ਔਖੀਆਂ ਹੋ ਕੇ ਬਰਾਤ ਚ ਆ ਜਾਓ ਬੰਦਿਆਂ ਦੇ ਨਾਲ, ਦੋਨਾਂ ਘਰਾਂ ਦੀ ਰਹਿ ਜੂਗੀ। ਠੀਕ ਹੈ ਭਾਈ, ਅਸੀਂ ਔਖੀਆਂ ਸੌਖੀਆਂ ਹੋ ਕੇ ਇਹ ਵੀ ਅੱਖ ਚੱਬ ਲੈਣੀ ਆ ਆਪਣੇ ਪੁੱਤ ਦੀ ਇੱਜ਼ਤ ਵਾਸਤੇ। ਬੇਬੇ ਤੁਸੀਂ ਗੱਲ ਕਰਿਓ, ਹੈ ਮੈਂ ਨੀ, ਤੂੰ ਚੱਕ ਦੇ ਕੰਮ ਕਰੋ। ਬੇਬੇ ਮੈਂ ਨੀ, ਮੈਨੂੰ ਮਰਵਾਉਂਗੇ, ਇਹਨੂੰ ਕਹਿ ਦੋ। ਨਾ ਭੈਣੇ, ਇਹ ਤਾਂ ਗੂੰਗੀ ਹੈ, ਉਹ ਕਿੱਥੋਂ ਬੋਲੂਗੀ। ਚਾਚੀ ਚੰਗਾ, ਹੇ ਬਾਬਾ ਕਰੀ ਮੇਰ, ਆਜੋ ਹੁਣ, ਬਾਲੀ ਬੇਇੱਜ਼ਤੀ ਹੋਈ ਸਾਡੀ। ਲੋ ਇਹ ਕੋਈ ਗੱਲ ਬੜੀ ਭਲਾ, ਹਾਏ ਬਾਪੂ ਜੀ, ਅਸੀਂ ਤਾਂ ਠੋਕ ਕੇ ਜਵਾਬ ਦੇ ਆਈਆਂ, ਹੈਂ, ਕਹਿੰਦੇ ਜਿੰਨਾ ਦਾ ਮੁੰਡਾ ਇਹੋ ਜਿਹਾ ਹੈ ਉਸ ਪਿੰਡ ਦੇ ਕੱਲੇ ਬੰਦੇ ਪਿੰਡ ਵੜ ਕੇ ਅਸੀਂ ਜੱਬ ਨੀ ਖੜਾ ਕਰਾਉਣਾ, ਆਖੇ ਬੁੜੀਆਂ ਨੂੰ ਨਾਲ ਲੈ ਕੇ ਆਇਓ ਬਰਾਤ। ਮੈਂ ਆਖਾਂ ਨਾ ਨਾ ਨਾ, ਸਾਡੇ ਪਿੰਡ ਨੀ ਚੱਲਦਾ ਇਹੋ ਜਿਹਾ ਕੰਮ, ਲੁਕਦੇ ਬਰਾਤ ਦੇ ਨਾ ਬੰਦਿਆਂ ਦੇ ਕੰਮ ਬੁੜੀਆਂ ਨੂੰ ਸ਼ੋਭਾ ਦਿੰਦੇ ਆ। ਭਲਾ ਦੇ ਰੱਖ ਲੋ ਆਪਣੇ ਮੁੰਡੇ ਨੂੰ ਕੁਮਾਰਾ, ਅਸੀਂ ਕਿਆ ਰੱਖ ਲਾਂਗੇ, ਕਿੱਥੇ ਇੱਕ ਬੈਠਾ ਦੂਜਾ ਬਹਿਜੂ, ਸਾਡਾ ਕਿਹੜਾ ਜਵਾਰਾ ਥੱਕਦਾ ਹੈ। ਪਰ ਇਹਨਾਂ ਦਾ ਸਾਹ ਕੌਣ ਲਊਗਾ ਚਾਚੀ, ਹੁਣ ਤਾਂ ਪਿੰਡ ਚ ਗੱਲ ਉੱਠਦਿਆਂ ਨੂੰ ਦੇਰ ਲੱਗਦੀ ਆ, ਨਾਲੇ ਜਿਹੜੀ ਗੱਲ ਪਿੱਛੇ ਸੀ ਸਾਰੀ ਪਿੰਡ ਦੀਆਂ ਜਨਾਨੀਆਂ ਨੇ ਸ਼ਤਰੌਲ ਕਰਾਈ ਆ, ਅਸੀਂ ਉਸ ਗੱਲ ਨੂੰ ਹਾਮੀ ਕਿੱਦਾਂ ਭਰ ਦਈਏ। ਨਾ ਜਿਹੋ ਜੀ ਅਕਲ ਦੀਆਂ ਮਾਲਕਾਂ ਹੋ ਜਾ ਜਵਾਬ ਦੇ ਆਈਆਂ, ਨਾ ਤੁਹਾਡੇ ਗਿੱਟੇ ਟੁੱਟਦੇ ਬਰਾਤ ਜਾਂਦੀਆਂ ਦੇ, ਮੈਨੂੰ ਇਹ ਦੱਸੋ ਤੁਹਾਨੂੰ ਘਰ ਦੀ ਇੱਜ਼ਤ ਦਾ ਮਾੜਾ ਮੋਟਾ ਲਿਹਾਜ਼ ਹੈ ਕਿ ਨਹੀਂ। ਜਿਵੇਂ ਤੂੰ ਕਹਿਣਾ ਸਿਰ ਦੇ ਸਾਈਆਂ, ਜੇ ਤੂੰ ਕਹੇ ਨਾ ਮੈਂ ਤੰਦੂਰ ਚ ਛਾਲ ਮਾਰ ਦਿਆਂ, ਆ ਬਰਾਤ ਬਰੂਤ ਤਾਂ ਕੀ ਜੀ ਜਾ, ਬਥੇਰੇ ਹੱਥ ਬੰਨੇ ਭਾਈ, ਉਹਦਾ ਜਮਾ ਨੀ ਮੰਨੇ। ਬੀਬੀ ਵੀ ਨਾ ਮਰਵਾਊਗੀ ਆਪਾਂ ਨੂੰ, ਬੀਬੀ ਆਜਾ ਰੋਟੀ ਟੁੱਕ ਕਰ ਲਈਏ। ਨੀ ਆਉਣੀ ਆ, ਚਾਹ ਖਾਣੀਆਂ ਬੁੜੇ ਕੋਲੇ ਬੈਠਣ ਵੀ ਨੀ ਦਿੰਦੀਆਂ, ਮਸਾ ਮਸਾ ਉੱਠ ਪੈਰ ਥੱਲੇ ਆਇਆ। Thank you.
किते पिछे जे बैना लुक छिप के तेरी पैर दा पड़ोया तेरी दा तू भरा चंप लैण जाणे आ ढंग ना रह इत्थे जाना भरा तेरे असी अपने दिलां दे बंद करके बूहे जा रोइयां जा संगियां नी जगोड़े ही पैड़े ने लेखा दे दीवे गलती होगी बापू जी होर नहीं कहने होर मैं चुप चमा चुप किस्मत नो मूरे की लिखी है बंदिया का सौखा सी मीट ते दारू गल बुकी हुण बुढ़िया की खांदिया ने सानू की पता है पंजीरी पंजीरी कर लो खड़ जावे दफा होने बरात आउणगे तेरे कुछ लगदे जापा कट्टण नहीं आउंदे गुलाब जामुन मंगदे सी साडे वाले ओ कर दियो ना इहदे च मंग केड़ी है ए कोई ब्याह है अगले थोड़ी मंग ता करनगे ना बे डब्बो मत्था जो कुछ मंगदे दियो छोटी कुड़ी है नी एक ना तुरज
बाकी ते नरोणगे कुत्ते वांगू उत्ते मुंह चक चक आऊ आऊ ते नानू देख के तीला देखा के मैं नचदी फिरती है और योगी आ गया। हाँ भाई। हाँ जी। ब्याह की रेहड़ी बुक करवानी है। भंग पीती है वीरे, ब्याह च कीने खाने हैं गोलगप्पे? क्यों दिहाड़ी खोटी कर दियो गरीब दी, बुढ़िया दे खान दी चीज है ये। खट्टा सारी दारू ला दू बरात च बंदिया दी। ओ भाई यार, साढ़े बुढ़िया नहीं आना बरात च। आ प्लेटा फड़ो यार, सवेरे सवेरे पी के आ गए, दो दो गोलगप्पे खा लो सारी उतर जू। आ जाओ मेरा वीर। गोल गोल गप्पे, सस सहुरे तो तंग आई नूं ने पुलिस नूं शिकायत करके सारे टप्पर दे पाईआं झांजरां, इस चटपटी खबर नालों भी चटपटे गोल गोल गप्पे। ओ मंगल ओ मंगल ओ मंगल ओ मंगल खड़ जा, किधर चलिया, एक मिनट गल तो सुन ला। ओ भाई दा का तो एक मिनट खड़ते जा। ओ मंगल, तू डरदा क्यों है यार, कुछ नहीं कहंदे तेनूं। ओए बुढ़िया ने बरात आना है, रेहड़ी बुक करनी है सारे दिन लई, हुण बुढ़िया ने तां आही कुछ खाना है। बुढ़िया ने और की आ जाएंगे, किन्नी बुढ़िया होणगियां? 40-50 उधर होणगियां ते इन्नी अक साडियां, तू सौक फड़ ला। हो गया जी, बस पक्का। 100 बुढ़िया, 2 प्लेटां दे हिसाब नाल 200, 5 गोलगप्पे 1000, बंदे मुंह मारनगे 1200-1500। भले मंगला तरीके से चौंकी हुए हो, नीली छत लिया जे कि पक्की रीत बन जाए बी, बुढ़िया बरात जाया करना ते मंगल उथे गोलगप्पे की रेहड़ी लाया करे, फिर गलिया च धक्के खाने की लोड़ नहीं पैनी। हो गोल गोल गप्पे। भाभी सारे जागो वाले ते अज सूट दे दे, तेनू किन्ने दिन हो कहंदे नू अज दिनी आ अज दिनी आ। अद्धे मुल्क दे कपड़े कट्ठे करी बैठी है बड़ी बिजनेसमैन, मेरा सपारी सूट कदों सोना बुगे? बे पुत, तू सूट दा की करना है, तैं कड़ा बरात जाना है? क्यों? आ ब्याह वाले कार्ड च कल्ला बुढ़िया दा नाम ही लिखया है। बुढ़िया दा नाम लिखया है? हां सच, ओ तेरा चिट्टा कुर्ता पजामा ओवे ही पिया, ओ पा के ना बनके चीना कबूतर घर दी राखी रखी जिन्ना चिर असी मुड़दियां नहीं। सिर्फ बीबियां नूं बरात विच जाण दा सद्दा दित्ता जांदा है। इन्हां पिछे साडा नंबर भी कट्टिया गया। जागो जागदियां दा मेला वई, हुण जागो आईआ शावा वई, हुण जागो आईआ बल्ले वई, हुण जागो आईआ शावा वई, हुण जागो आईआ बल्ले वई, हुण जागो आईआ। गोटे गोटे चामुंडे दी बेबे नूं, गोटे गोटे चामुंडे दी बेबे नूं, गोटे गोटे चामुंडे दी बेबे नूं, गोटे गोटे चामुंडे दी बेबे नूं। जदों जवानी चली सी वे जालमा, तू साइकिल मैं टली सी वे जालमा, तू साइकिल मैं टली सी वे जालमा, तू होया की है? कोई ना कोई तो विचला रोला है जीत्या। बाबा तो एडा अणखी बंदा सी, इन्नी छेती तां नहीं सी मनदा, पोते दा व्याह होवे ते एक कमरे च रजाई नप्पी पिया, कोई ना कोई तो विचली गल हैगी आ। यार गल तो जिहड़ी मर्जी होवे, आपां तां रह गए ना बेलिया, आपां तो ये भी नहीं पता हुण बरात तुरी मगरों करना की कुछ हुंदा। चंगा बापू। कोई तो गल है बापू। की ठक ठक लाई है यार, आए बोलन लग गया है। आ ले आ वे चल पिया। मैं आपदे वाला रेडियो चला के देखदा।
ਥੋੜੀ ਭੈਣੂ ਪਤਾਸੇ ਟੇਕਾਂ ਸਾਰੇ ਪਿੰਡ ਦੀ ਅਕਲ ਕੱਢਤੀ ਤੁਹਾਨੂੰ ਧੋਖਾ ਦਿੱਤਾ ਵੈਰ ਨੇ ਸਾਰੇ ਪਿੰਡ ਦੇ ਸਾਹਮਣੇ ਮੁੱਛਾਂ ਮੁੰਨਤੀਆਂ ਮੇਰੀਆਂ ਤੂੰ ਪਹਿਲਾਂ ਜਾ ਕੇ ਬਰਾਤ ਰੋਕਾਂ ਮੈਂ ਤੈਨੂੰ ਤਾਂ ਆ ਕੇ ਪਾਉਣਾ ਰਾਣੀ ਹਾਰ ਮੈਂ ਫਿਰ ਆ ਦੇਖਿਓ ਪੈਸੇ ਤੁਹਾਡੇ ਤੋਂ ਡਿੱਗੇ ਪੇਟੀ ਥੱਲੇ दफा होने ने फोन करना नहीं हटना ऐ करो भोली भैन दे घर दियां तारां ही पट दो फोन दियां ओ जीतिया सीप ला गया अपने ते जनानी महकमा की हो गया सांझ चढ़ाया बंदे ही थोनू छड़ा कहंदे ने बाई जी असि केहा कदे छड़ा दाल च भी घ्यो पा के दिंदे आ असि तां फिर भी थोनू कोई कड्डी छड्डी लिया देंगे तेरे बारे सोचांगे आप बंदा ने कदे सोचे थोड़ा नाले बाई जी थोड़ी जिंदगी च कोई जनानी नहीं ना हैगी तुसी की जानो साडे दुख कुड़े मेरी मासी हैगी एक मासण मेरा मरया वे ओदे ना करौनी है तेरी गल ओ जेडी तेरी भी मासी है ओदा मैं की करना हो चल ठीक है नहीं दसदा भी क्या गल नू बस तुसी ना मेरे नाल दो कड़ी अहीं बैठ के गल्लां कर लिया करो फिर मिलदी आ पहली सलाई रस भरी वे देवरा दूजी पामा फिर वे चल चल जल्दी खड़ा हो रहा ਹੁਣ ਤਾਂ ਉਹਨੇ ਨਿਜੜੇ ਨੇ ਸਾਰੇ ਪਿੰਡ ਚ ਕਰਤਾ ਹੋਣਾ ਹੈ ਤੁਸੀਂ ਚੱਲੋ ਮੈਂ ਸਾਂਭਦੀ ਇੱਥੇ ਸਭ ਕੁਝ ਮਾਸੀ ਤੁਸੀਂ ਤਾਂ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਸੀ ਤੁਹਾਡਾ ਜਾਣਾ ਤਾਂ ਬਣਦਾ ਹੈ ਫਿਰ ਕੀ ਹੋ ਗਿਆ ਪੁੱਤ ਮੈਂ ਕਿਹੜਾ ਮਰਨ ਚੱਲੀ ਆ ਤੂੰ ਫਿਕਰ ਨਾ ਕਰ ਇੱਕ ਵਾਰੀ ਰਾਹ ਖੁੱਲ ਜੇ ਸਾਰੇ ਪਾਣੀ ਨੇ ਇੱਥੋਂ ਦੀ ਚੱਲਣਾ ਤੂੰ ਫਿਕਰ ਨਾ ਕਰ ਮੈਂ ਤੇਰੇ ਪੁੱਤ ਦੀ ਬਰਾਤ ਦੇਖ ਕੇ ਹੀ ਮਰੂ ਚਲੋ ਮੇਰਾ ਪੁੱਤ ਚਲੋ 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 ਮੈਨੂੰ ਤਾਂ ਲੈ ਜਾਓ ਜਲਦੀ
ਜਿਹੜੇ ਭੋਰੇ ਚ ਬੜਾ ਬੈਠਾ ਬਾਬਾ। ਉਹ ਬਾਬੇ ਆਪਾਂ ਤਾਂ ਪੱਟੇ ਗਏ ਜਮਾ, ਉਹ ਜਗੀਰੇ ਦਾ ਫੋਨ ਆਇਆ ਸੀ ਮੈਨੂੰ, ਹੁਣ ਮਿੱਟੀ ਪਲੀਤ ਕਰਤੀ ਜਮਾ। ਹੋਇਆ ਕੀ ਹੈ? ਹੋਣਾ ਕੀ ਹੈ, ਸਾਰੀ ਪਲੈਨਿੰਗ ਹੈ ਬੁੜੀਆਂ ਦੀ। ਉਹਨਾਂ ਨੇ ਤਾਂ ਬੁੜੀਆਂ ਸੱਦੀ ਹੀ ਨਹੀਂ, ਆਪਾਂ ਨੂੰ ਜੀ ਜੀ ਕਰਕੇ ਫਸਾ ਲਿਆ। ਸਾਡੇ ਕੋਲੇ ਉਹਨਾਂ ਦਾ ਨੌਲੇ ਤਾਂ ਉਹਨੇ ਕੋਲੇ ਸਾਡਾ ਲੈਤਾ। ਆਹ ਲਾਤੀਆਂ ਤੇਰੇ ਤਾਂ ਫੀਤੀਆਂ। ਤੂੰ ਚੱਲ ਚੱਲ, ਤੁਹਾਡੇ ਡਾਇਰੈਕਟਰ ਦੀ ਚੱਲ ਆ ਜਾ, ਫਿਰ ਮੈਂ ਕਰਦਾ ਸਟਾਰਟ। ਚਿੜੀ ਤਾਂ ਦੇਖ ਕਿੰਨੀ ਹੈ, ਤੂੰ ਆ ਜਾ। ਆ ਗਿਆ ਆ ਗਿਆ, ਮਹਿਲਵਾਨਾ ਹੱਥ। ਨਾ ਨਾ ਬਾਈ, ਹਟ ਜਾ ਤੂੰ ਪਾਸੇ, ਕੁੜ ਮੈਂ ਤੂੰ ਮੇਰਾ, ਤੂੰ ਹੱਥ ਲਾ ਤੇ ਮੈਂ ਇੱਥੇ ਪਾਣੀ ਪਾਣੀ ਹੋ ਕੇ ਮਰ ਜੂ। ਤੂੰ ਨਾ ਹੱਥ ਲਾਈ ਮੈਨੂੰ। ਓਏ ਨਹੀਂ ਲਾਉਂਦਾ ਹੱਥ, ਪੈਰੀਆਂ ਹੱਥ ਲਾ ਬਾਈ। ਵੇਟ ਕਰਾਈ ਜੀ, ਇਹ ਫੇਰ ਕੰਦ ਕੋਲੇ। ਆ ਜਾ ਜਾ। ਛੱਡ ਪਰਾਂ ਗੁੱਸਾ, ਚਲ ਆ ਜਾ, ਦੋ ਦੋ ਕੋਲ ਗੱਪੇ ਟੇਸਟ ਕਰ ਲਈਏ। ਸਾਲਿਆ ਮੇਰਿਆ, ਇੰਨਾ ਬੇਤਵਾਰਾ ਹੋ ਗਿਆ? ਕੀ ਹੋ ਗਿਆ ਬਾਪੂ? ਤੂੰ ਦੱਸ, ਤੈਨੂੰ ਕੁਮਾਰਾ ਰੱਖ ਕੇ ਮੈਂ ਚਾਰ ਪਾਉਣਾ ਸੀ ਤੇਰਾ? ਓਏ, ਇੰਨਾ ਨੇ ਰਲ ਕੇ ਮੂਰਖ ਬਣਾਇਆ ਸਾਨੂੰ। ਇੱਥੇ ਬਰਾਤ ਆਉਣ ਵਾਸਤੇ ਦੇਖ ਤਾਂ ਸਹੀ ਕਿੱਡਾ ਵੱਡਾ ਟਕਵੰਜ ਰਚਿਆ। ਅਸੀਂ ਇਹਨਾਂ ਦੇ ਜਾਲ ਚ ਤਿੱਤਰਾਂ ਬਟੇਰਿਆਂ ਵਾਂਗੂ ਫਸ ਗਏ। ਤੁਹਾਡੀ ਭੈਣ ਦੀ ਐਡੀ ਗੱਲ ਹੋ ਗਈ ਸਾਲੀ, ਮੈਂ ਨੀ ਵਿਆਹ ਵੂ ਕਰਾਉਂਦਾ ਬਾਪੂ। ਚਲੋ ਵਾਪਸ, ਜੋ ਇੱਕ ਵਾਰ ਕਹਿ ਤਾ ਬਸ ਸੋਚੋ ਨਾ, ਹੁਣ ਮੋੜੋ ਗੱਡੀਆਂ ਵਾਪਸ ਨੂੰ। ਨਾਲੇ ਮੈਂ ਨੀ ਕਿਸੇ ਦੇ ਜਾਲ ਜੂਲ ਚ ਫਸ ਸਕਦਾ ਬਾਪੂ। ਆਪ ਹੀ ਬੱਗਾ ਤੇ ਬੱਗੇ ਦੀ ਮੈਡਮ ਦੇਖਣਗੇ, ਹੁਣ ਉਹਨਾਂ ਨੇ ਛੇੜਿਆ ਨਾ ਪੰਗਾ, ਇਹ ਆਪ ਹੀ ਸਾਂਭਣਗੇ ਕਲੇਸ਼ ਸਾਰਾ। ਚਲੋ ਵੀ ਆਓ ਸਾਰੇ, ਚਲੋ ਪਰੋਣੇ। ਭਾਜੀ ਐਂ ਕਰੋ, ਮੈਂ ਤਾਂ ਗੱਲ ਹੈ, ਚਲੋ ਪਰੋਣਾ ਜੀ। ਕੀ ਤੇ ਬੁੜੀਓ, ਤੁਸੀਂ ਤੁਹਾਡਾ ਹੁਣ ਜਲੂਸ ਦੇਖਿਓ ਨਿਕਲਦਾ। ਗੱਲ ਤਾਂ ਸੁਣ ਪਿੰਟੇ ਬਾਈ,
ਆਪਦੀ ਜਨਾਨੀ ਦੇ ਥੱਲੇ ਲੱਗ ਗਿਆ ਤੂੰ ਜਮਾਂ। ਤੇਰੀ ਜਨਾਨੀ ਨੇ ਹੁਸਨ ਦੇ ਜਾਲ 'ਚ ਫਸਾ ਰੱਖਿਆ ਤੈਨੂੰ। ਮਰਦ ਬੰਦਿਆਂ ਦਾ ਕੰਮ ਨਹੀਂ ਇਹ ਵੀ ਜਨਾਨੀ ਦਾ ਹੁਸਨ ਮੋਲੇ, ਸਮਝ ਗਿਆ? ਉੱਧਰ ਦੇਖ। ਮੇਰੇ ਤੋਂ ਨੀ ਐਡਾ ਵੱਡਾ ਪਾਪ ਹੋਣਾ, ਮੈਂ ਤਾਂ ਆਪਦੇ ਭਰਾ ਦੇ ਨਾਲ ਖੜਿਆ।
बस फिर जमाना बदल गया। 10 चो 8 स्टाला हुण गोल गप्पे पल्ले टिक्कियां पाओ बाजी बुढ़िया की पसंद ने सांभ लिया। बंदियां दा कुकड़ मच्छी एक चुंड च सिमट के रह गया। वह बाजी बंदियां दे हथों ऐसी गई कि बस बंदे बेचारे ब्याहां च न्याणे चुकण जोगे रह गए। पूरे ब्याह ते हुण बुढ़िया का कब्जा हो गया। हर रस्म हुण बुढ़िया ही अगे हो के करदियां ने ते कुकड़ मच्छी की स्टाल अंगों बंदे भी खूंजे लग के रह गए। हुण बंदे इस उम्मीद च ने कि कोई प्यो दा पुत जम्मे ते सानू बुढ़िया कोलों साडे हक वापस दवावे। ये सी साडे पिंडां वाल दी छोटी जी कहानी। तुसीं ये कहानी अपने न्याणियां नूं बातां च भी सुना सकदे हो। हाँ सच, न्याणियां तों याद आया, कल नूं जदों अपने न्याणियां दे ब्याह करोंगे ना सानू जरूर याद कर लियो। वैसे इंटरवल वाले समोसे साडे भेजे सी, धन्नवाद। गोल गोल गप्पे बेकगरे बैठे सी पेटियां च लुक छुप के आ दिन आया मसा सुखा सुख सुख के वे अज रोकू सानू केड़ा गिद्दे विच गेड़े ते गेड़ा सुन ले बोलियां पौन बनेरे वे अज नाल नचूगा बेड़ा अज दुख दा कोई अंग पैर हट याद नी वे अज अलड़ां दे रब याद नी वे अज जट्टियां दे रब याद नी वे अज अलड़ां दे रब याद नी वे अज जट्टियां दे जे मुंडे आवे मेरे दंद तू गिनने जे मुंडे आवे मेरे दंद तू गिनने कर दे तारीफ मेरी हस दीदी वे गुत बनगी बरोड़ा नच दीदी वे गुत बनगी बरोड़ा नच दीदी।